ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, 10 ਪਾਤਸ਼ਾਹੀਆਂ ਦੇ ਪ੍ਰਤੱਖ ਰੂਪ, ਗੁਰਤਾ ਗੱਦੀ 'ਤੇ ਸੁਭਾਏਮਾਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨ ਵਿੱਚ ਪਹੁੰਚੇ। ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿ ਵਡਭਾਗੀ ਹੋ ਜੋ ਕਿ ਆਪਣਾ ਅਮੋਲਕ ਜੀਵਨ ਗੁਰੂ ਚਰਨਾਂ ਵਿੱਚ ਪਹੁੰਚ ਕੇ ਸਫਲ ਕਰ ਰਹੇ ਹੋ। ਅੱਜ ਦੀ ਵਿਚਾਰ ਵਿੱਚ ਆਨੰਦ ਸਾਹਿਬ ਬਾਣੀ ਵਿੱਚੋਂ 21 ਨੰਬਰ ਪੌੜੀ ਨੂੰ ਆਧਾਰ ਬਣਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਬਖਸ਼ਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਜੀ ਨੇ ਇਸ ਪੌੜੀ ਵਿੱਚ ਸਨਮੁੱਖ ਸਿੱਖ ਦਾ ਵਰਣਨ ਕੀਤਾ ਹੈ। ਇੱਕ ਗੁਰਮੁਖ ਹੈ, ਇੱਕ ਸਨਮੁੱਖ ਹੈ। ਇਹਨਾਂ ਲਫ਼ਜ਼ਾਂ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਫਰਕ ਤਾਂ ਨਹੀਂ, ਪਰ ਇਹ ਕਿਸੇ ਸੰਬੰਧ ਵਿੱਚ ਵਰਤੇ ਗਏ ਨੇ। ਮਨਮੁੱਖ ਵੀ ਹੈ, ਬੇਮੁੱਖ ਵੀ ਹੈ। ਇਹ ਚਾਰ ਲਫ਼ਜ਼ ਨੇ, ਬੇਮੁੱਖ, ਮਨਮੁੱਖ, ਗੁਰਮੁੱਖ ਔਰ ਸਨਮੁੱਖ। ਮਨਮੁੱਖ ਦਾ ਮਤਲਬ ਹੈ ਜਿਹੜਾ ਸਾਫ਼ ਹੀ ਗੁਰੂ ਨੂੰ ਮੁੱਕਰ ਜਾਂਦਾ ਹੈ, ਸਿੱਧਾ ਹੀ। ਉਹਦੇ ਤੋਂ ਅਗਲਾ ਹੈ ਬੇਮੁੱਖ। ਬੇਮੁੱਖ ਦਾ ਮਤਲਬ ਹੈ ਕੁਝ ਗੱਲਾਂ ਮੰਨ ਲੈਂਦਾ ਪਰ ਅਜੇ ਹਿੰਮਤ ਨਹੀਂ ਆਈ ਪੂਰੀ ਗੱਲ ਮੰਨਣ ਦੀ, ਸਲਾਹ ਕਰਦਾ। ਮਨ ਦੇ ਵਿੱਚ ਪਿਛਲੀਆਂ ਧਾਰਨਾਵਾਂ, ਪੁਰਾਣੇ ਐਕਸਪੀਰੀਅੰਸ ਅਜੇ ਪੂਰੀ ਤਰ੍ਹਾਂ ਪਕੜ ਬਣਾ ਕੇ ਬੈਠੇ ਨੇ। ਕਦੀ ਮਨ ਦੇ ਵਿੱਚ ਗੁਰੂ ਦਾ ਵਜਨ ਵੱਧ ਜਾਂਦਾ, ਕਦੀ ਪੁਰਾਣੇ ਕਰਮ ਫਿਰ ਛੱਲ ਮਾਰਦੇ ਨੇ, ਫਿਰ ਉਹਦੇ ਥੱਲੇ ਆ ਜਾਂਦਾ, ਉਹ ਬੇਮੁੱਖ ਹੋ ਗਿਆ। ਉਹ ਗੁਰੂ ਨੂੰ ਜਾਣਦਾ ਸਮਝਦਾ ਤੇ ਹੈ ਪਰ ਮੰਨਣ ਲਈ ਅਜੇ ਤਿਆਰ ਨਹੀਂ ਹੋਇਆ। ਤਾਂ ਅੱਜ ਮਹਾਰਾਜ ਕਹਿ ਰਹੇ ਨੇ ਸਨਮੁੱਖ ਸਿੱਖ। ਸਨਮੁੱਖ ਦਾ ਮਤਲਬ ਹੈ ਜਿਹਨਾਂ ਆਪਣਾ ਸਿਰ ਗੁਰੂ ਨੂੰ ਸੌਂਪ ਦਿੱਤਾ, ਉਹਨੇ ਆਪਣੇ ਅੰਦਰੋਂ ਮਰਜ਼ੀ ਨਾਂ ਦੀ ਚੀਜ਼ ਖਤਮ ਕਰ ਦਿੱਤੀ ਹੈ। ਮਰਜ਼ੀ, ਮਨ ਦੀ ਮਰਜ਼ੀ, ਜਿਵੇਂ ਆਪਾਂ ਕਹਿੰਦੇ ਹਾਂ ਗੱਲ ਤਾਂ ਠੀਕ ਹੈ ਪਰ ਮੇਰਾ ਮਨ ਨਹੀਂ ਮੰਨਦਾ, ਉਹ ਚੀਜ਼ ਉਹਨੇ ਅੰਦਰੋਂ ਵੱਢ ਦਿੱਤੀ, ਖਤਮ ਕਰ ਦਿੱਤੀ ਹੈ। ਉਹਦੀ ਕੋਈ ਮਰਜ਼ੀ ਨਹੀਂ ਰਹੀ। ਔਰ ਮਰਜ਼ੀ ਜਿਹੜਾ ਲਫ਼ਜ਼ ਹੈ ਉਹ ਮਰਜ਼ ਤੋਂ ਬਣਿਆ। ਮਰਜ਼ ਦਾ ਮਤਲਬ ਹੈ ਬਿਮਾਰੀ। ਮਰਜ਼, ਮਰੀਜ਼, ਇਹ ਸਾਰੇ ਲਫ਼ਜ਼ ਇਕੱਠੇ ਨੇ। ਮਰੀਜ਼ ਉਹਨੂੰ ਕਹੀਦਾ ਜਿਹਨੂੰ ਬਿਮਾਰੀ ਹੋਵੇ। ਮਰਜ਼ ਦਾ ਅਰਥ ਹੈ ਬਿਮਾਰੀ ਅਤੇ ਮਰਜ਼ੀ ਦਾ ਅਰਥ ਹੈ ਹਉਮੈ ਦੀ ਬਿਮਾਰੀ। ਗੁਰੂ ਦਾ ਹੁਕਮ ਮੰਨਣ ਲੱਗਿਆਂ ਅੜਚਨ ਪਾਉਣੀ, ਨਾ ਨੁੱਕਰ ਕਰਨੀ, ਉਹ ਜਿਹੜਾ ਸਿੱਖ ਹੈ ਜਿਹਨੇ ਸਨਮੁੱਖ ਸਿੱਖ ਹੋਇਆ, ਮਹਾਰਾਜ ਕਹਿੰਦੇ ਉਹਦੀ ਕੋਈ ਮਰਜ਼ੀ ਨਹੀਂ ਰਹੀ, ਪਾਣੀ ਬਣ ਗਿਆ ਗੁਰੂ ਦੇ ਹੁਕਮ ਦੇ ਵਿੱਚ, ਵਹਿਣ ਲਈ ਤਿਆਰ ਹੈ। ਉਹਦਾ ਆਪਣਾ ਜੀਵਨ ਹੈ ਹੀ ਨਹੀਂ। ਏਡੀ ਵੱਡੀ, ਏਡੀ ਜਲਦੀ ਪ੍ਰਾਪਤੀ ਉਹਨੂੰ ਹੋ ਸਕਦੀ ਹੈ, ਜਿਵੇਂ ਮਹਾਰਾਜ ਕਹਿੰਦੇ ਨੇ ਕਿ ਗੁਰੂ ਨੇ ਜਿਹੜਾ ਕੰਮ ਬੜੇ ਲੰਮੇ ਟਾਈਮ ਵਿੱਚ ਹੋਣਾ ਸੀ ਉਹ ਇੱਕੋ ਪਲ ਵਿੱਚ ਸਿੱਖ ਦਾ ਕੰਮ ਕਰ ਦਿੱਤਾ ਹੈ। ਉਹਦੇ ਬਾਰੇ ਬਚਨ ਆਉਂਦੇ ਹਨ ਕਿ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ। ਬਲਿਹਾਰ ਕਿਹਦੇ ਤੋਂ ਜਾਈਦਾ? ਜਿਵੇਂ ਸਾਡਾ ਕੋਈ ਕੰਮ ਇੰਨਾ ਅੜਿਆ ਸੀ ਵੀ ਸਾਨੂੰ 20 ਸਾਲ ਹੋ ਗਏ ਸੀ ਉਹਦੇ ਪਿੱਛੇ ਜ਼ੋਰ ਲਾਉਂਦਿਆਂ, ਪਰ ਕੰਮ ਸਿਰੇ ਚੜ੍ਹਨ ਦੀ ਕੋਈ ਸੰਭਾਵਨਾ ਨਹੀਂ ਸੀ। ਇੱਕ ਕੋਈ ਮਿਲਿਆ, ਉਹਨੇ ਕਿਹਾ ਤੇ ਹੁਣੇ ਕਰ ਦੇਣਾ ਤੇਰਾ ਕੰਮ, ਟਾਈਮ ਲੱਗਣਾ ਹੀ ਨਹੀਂ। ਉਹਨੇ ਇੱਕ ਪਲ ਦੇ ਵਿੱਚ ਉਹ ਕੰਮ ਨਿਬੇੜ ਕੇ ਸਾਰਾ ਕੁਝ ਉਹਦੇ ਹੱਥ ਵਿੱਚ ਫੜਾ ਦਿੱਤਾ। ਫਿਰ ਬੰਦਾ ਉਹਦੇ ਤੋਂ ਬਲਿਹਾਰ ਜਾਏਗਾ, ਕੁਰਬਾਨ ਜਾਏਗਾ।
ਉਹਦੇ ਤੋਂ ਕੁਰਬਾਨੀ ਕਰਨੀ ਚਾਹੇਗਾ। ਇੱਥੋਂ ਹੀ ਕੁਰਬਾਨੀ ਕਰਨ ਵਾਲੇ ਸਿੱਖ ਪੈਦਾ ਹੋਏ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਜਿਹਨੂੰ ਸੰਸਾਰ ਮੁਸੀਬਤ ਕਹਿੰਦਾ ਹੈ ਸ਼ਹਾਦਤ ਨੂੰ, ਤਾਂ ਉਹਨਾਂ ਨੇ ਕਿਹਾ ਵੀ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਉਹ ਕੁਰਬਾਨੀ ਕਿਉਂ ਕਰਦਾ ਹੈ? ਕੁਰਬਾਨੀ ਤਾਂ ਕਰਦਾ, ਉਹਦਾ ਕੰਮ ਗੁਰੂ ਨੇ ਸਾਰਾ ਕਰ ਦਿੱਤਾ ਜੋ ਚਾਹੁੰਦਾ ਸੀ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ, ਉਹ ਸੌ ਸੌ ਵਾਰੀ ਆਪਣੇ ਗੁਰੂ ਤੋਂ, ਹਜ਼ਾਰਾਂ ਵਾਰੀ ਦਿਹਾੜੀ ਦੇ ਵਿੱਚ ਕੁਰਬਾਨ ਜਾਣ ਲਈ ਤਿਆਰ ਰਹਿੰਦਾ। ਉਹਦਾ ਕੀ ਕਾਰਨ ਹੈ? ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਬਾਰ, ਬਾਰ ਦਾ ਮਤਲਬ ਦੇਰ, ਦੇਰ ਨਹੀਂ ਲੱਗੀ। ਜਿਹੜਾ ਕੰਮ ਬੜੀ ਦੇਰ ਵਿੱਚ ਹੋ ਸਕਦਾ ਸੀ, ਉਹ ਇੱਕ ਪਲ ਵਿੱਚ ਹੋ ਗਿਆ। ਬਹੁਤ ਔਖਾ ਕਾਰਜ ਸੀ ਜਿਹੜਾ, ਪਰ ਉਹਦੀ ਫੀਸ ਬਹੁਤ ਵੱਡੀ, ਉਹਦੇ ਵਾਸਤੇ ਸਿਰ ਦੇਣਾ ਪੈਂਦਾ। ਉਹਦੇ ਵਾਸਤੇ ਜਿਹੜੀਆਂ ਪ੍ਰਾਪਤੀਆਂ ਨੇ ਨਾ ਸਿੱਖੀ ਦੀਆਂ, ਗੁਰੂ ਤਖ਼ਤ ਦੇਣ ਲਈ ਤਿਆਰ ਹੈ। ਅੱਜ ਗੁਰੂ ਨਾਨਕ ਦੇਵ ਜੀ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਗੁਰੂ ਨਾਨਕ ਦੇਵ ਜੀ, ਪਰ ਜਾਣ ਤੋਂ ਪਹਿਲਾਂ ਆਪਣੇ ਤਖ਼ਤ 'ਤੇ ਭਾਈ ਲਹਿਣਾ ਜੀ ਨੂੰ ਬਿਠਾ ਦਿੱਤਾ ਸੀ। ਭਾਈ ਲਹਿਣੇ ਨੂੰ ਤਖ਼ਤ 'ਤੇ ਬਿਠਾਇਆ, ਤਖ਼ਤ 'ਤੇ ਬਿਠਾ ਕੇ ਪਰਿਕਰਮਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ। ਔਰ ਜਿੰਨੀ ਬਾਣੀ ਸੀ ਉਹਨਾਂ ਦੇ ਕੋਲ, ਆਪਣੀ ਜਿਹੜੀ ਰਚੀ ਹੋਈ ਬਾਣੀ ਸੀ ਉਚਾਰਨ ਕੀਤੀ, ਔਰ ਜਿਹੜੀ ਭਗਤਾਂ ਦੀ ਬਾਣੀ ਜਿੰਨੀ ਕੁ ਸੀ, ਉਹ ਸਾਰੀ ਜਿਹੜੀ ਪੋਥੀ ਸੀ ਪਹਿਲਾਂ ਗੁਰੂ ਅੰਗਦ ਦੇਵ ਜੀ ਦੇ ਅੱਗੇ ਰੱਖੀ। ਤਿੱਤ ਮਹਿਲ ਜੋ ਸ਼ਬਦ ਹੋਵਾ, ਸੋ ਪੋਥੀ ਗੁਰੂ ਅੰਗਦ ਯੋਗ ਮਿਲੀ। ਗੁਰਬਾਣੀ ਰੱਖ ਕੇ ਫਿਰ ਮੱਥਾ ਟੇਕਿਆ, ਇਹ ਧਿਆਨ ਰੱਖਣਾ। ਇਕੱਲੇ ਸਰੀਰ ਨੂੰ ਨਹੀਂ ਟੇਕਿਆ, ਔਰ ਇਕੱਲੀ ਗੁਰਬਾਣੀ ਨੂੰ ਵੀ ਨਹੀਂ ਟੇਕਿਆ। ਇਹੀ ਕੰਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੱਥਾ ਟੇਕਿਆ, ਅਤੇ ਪੰਜ ਪਿਆਰਿਆਂ ਨੂੰ ਵੀ ਮੱਥਾ ਟੇਕਿਆ, ਨਮਸਕਾਰ ਕੀਤੀ, ਅੱਗੇ ਸਿਰ ਅੰਮ੍ਰਿਤ ਮੰਗਿਆ ਨਾ। ਉਹੀ ਕੰਮ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਨਾਲ ਕੀਤਾ ਹੈ। ਉੱਥੇ ਸਰੀਰ ਵੀ ਹੈ ਅਤੇ ਬਾਣੀ ਵੀ ਹੈ, ਜੋ ਜੁਗਤ ਵੀ ਹੈ ਅਤੇ ਜੋਤ ਵੀ ਹੈ। ਜੋਤ, ਜੋਤ ਦਾ ਮਤਲਬ ਗੁਰਬਾਣੀ, ਜੁਗਤ ਦਾ ਮਤਲਬ ਪੰਥ, ਸਰੀਰ, ਇਹਨਾਂ ਦੋਵਾਂ ਦਾ ਜੋੜ ਹੈ। ਇਹ ਕਈਆਂ ਨੂੰ ਹੁਣ ਭੁਲੇਖਾ ਲੱਗ ਗਿਆ ਵੀ ਅਸੀਂ ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ। ਇਹ ਉਹਨਾਂ ਨੂੰ ਜਾਂ ਤਾਂ ਪਤਾ ਨਹੀਂ ਲੱਗ ਰਿਹਾ ਕਿ ਜੁਗਤ ਤੋਂ ਬਿਨਾਂ ਜੋਤ ਨਾਲ ਤੁਸੀਂ ਸਾਂਝ ਨਹੀਂ ਪਾ ਸਕਦੇ, ਪੰਥ ਤੋਂ ਬਿਨਾਂ ਤੁਸੀਂ ਗ੍ਰੰਥ ਨਾਲ ਨਹੀਂ ਜੁੜ ਸਕਦੇ। ਕਹਿੰਦੇ ਅਸੀਂ ਤਾਂ ਹੋਰ ਕੋਈ ਗ੍ਰੰਥ ਮੰਨਣਾ ਹੀ ਨਹੀਂ, ਇੱਕੋ ਹੀ ਗ੍ਰੰਥ ਹੈ ਬਸ। ਗ੍ਰੰਥ ਤਾਂ ਇੱਕ ਹੀ ਹੈ, ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਨੇ। ਪਰ ਉੱਥੇ ਗੁਰੂ ਨਾਨਕ ਦੇਵ ਜੀ ਇਕੱਲੀ ਪੋਥੀ ਰੱਖ ਕੇ ਮੱਥਾ ਟੇਕ ਸਕਦੇ ਸਨ, ਪਰ ਮਹਾਰਾਜ ਨੇ ਨਾਲ ਸਰੀਰ ਨੂੰ ਵੀ ਨਮਸਕਾਰ ਕੀਤੀ। ਜਿਸ ਸਰੀਰ ਦੇ ਵਿੱਚ ਉਹ ਸ਼ਬਦ ਵਸਿਆ, ਉਹ ਸਰੀਰ ਵੀ ਨਾਲ ਬੈਠਾ ਹੋਇਆ। ਤਾਂ ਇਹ ਸਾਡੀ ਮੂੜਤਾ ਹੈ, ਅਗਿਆਨਤਾ ਹੈ, ਜਿਹੜਾ ਅਸੀਂ ਕਹਿੰਦੇ ਹਾਂ ਸਿੱਖੀ ਵਿੱਚ ਬੋਡੀ ਦਾ ਕੰਸੈਪਟ ਹੈ ਹੀ ਕੋਈ ਨਹੀਂ, ਦੇਹ ਦਾ ਕੋਈ ਕੰਸੈਪਟ ਬਿਲਕੁਲ ਹੈ, 100% ਹੈ। ਅਸੀਂ ਇਹ ਨਹੀਂ ਕਹਿ ਸਕਦੇ ਵੀ ਉਦੋਂ ਹੈ ਸੀ ਅਤੇ ਹੁਣ ਨਹੀਂ, ਫਿਰ ਅਸੀਂ ਆਪ ਹੀ ਆਪਣੀ ਸਿੱਖੀ ਨੂੰ ਅੱਧਾ ਕਰ ਦਿੱਤਾ। ਇਹ ਕਹਿ ਦਿੱਤਾ ਵੀ ਉਹ ਟਾਈਮ ਹੈ ਸੀ, ਉਦੋਂ ਤਾਂ ਸਰੀਰ ਦਾ ਕੰਸੈਪਟ ਹੈ ਸੀ 10 ਪਾਤਸ਼ੀਆਂ ਤੱਕ, ਹੁਣ ਨਹੀਂ ਹੈ, ਇਹਦਾ ਮਤਲਬ ਕੀ ਕੱਢਾਂਗੇ ਅਸੀਂ? ਕਈ ਵਾਰੀ ਅਸੀਂ ਵੀ ਕਹਿ ਦਿੰਦੇ ਹਾਂ ਭੁਲੇਖੇ ਵਿੱਚ ਵੀ ਮਹਾਰਾਜ ਨੇ ਅੱਗੋਂ ਸਰੀਰ ਦੀ ਕਲਾ ਬੰਦ ਕਰ ਦਿੱਤੀ ਸੀ ਦਸਮ ਪਾਤਸ਼ਾਹ ਨੇ, ਬੰਦ ਕਿੱਥੋਂ ਕੀਤੀ ਸੀ? ਉੱਥੇ ਪੰਜ ਸਰੀਰ ਖੜ੍ਹੇ ਕਰ ਦਿੱਤੇ, ਸਰੀਰ ਦਾ ਕੰਸੈਪਟ ਦੇ ਨਾਲ ਰਿਹਾ। ਅਸੀਂ ਆਪ ਹੀ ਆਪਣੇ ਰੁੱਖ ਨੂੰ ਅੱਧ ਵਿੱਚੋਂ ਵੱਢ ਰਹੇ ਹਾਂ, ਸਾਨੂੰ ਉਹਦਾ ਪਤਾ ਹੀ ਨਹੀਂ ਕਿ ਸਰੀਰ ਦਾ ਇੱਕ ਵਿਸ਼ਾ ਹੈ ਸਿੱਖੀ ਦੇ ਵਿੱਚ, ਦੇਹ ਦਾ ਇੱਕ ਪੂਰਾ ਵਿਸ਼ਾ ਹੈ। ਦੇਹ ਹੀ ਸ਼ਾਮਿਲ ਹੋਏਗੀ ਸ਼ਬਦ ਦੇ ਨਾਲ, ਸ਼ਬਦ ਦੇਹ ਵਿੱਚ ਹੀ ਵਸੇਗਾ, ਹੋਰ ਕਿੱਥੇ ਵਸਣਾ? ਗੁਰਬਾਣੀ ਨੇ ਹੋਰ ਕਿਸੇ ਚੀਜ਼ ਵਿੱਚ ਤਾਂ ਨਹੀਂ ਨਾ ਵਸਣਾ, ਸਿੱਖ ਦੀ ਬੋਡੀ ਵਿੱਚ, ਸਰੀਰ ਵਿੱਚ ਹੀ ਵਸਣਾ। ਉਹ ਜਦੋਂ ਸਰੀਰ ਗੁਰਬਾਣੀ ਦੇ ਅਨੁਸਾਰ ਹੋ ਜਾਏਗਾ ਅਤੇ ਜੋਤ ਅਤੇ ਜੁਗਤ ਇਕੱਠੇ ਹੋ ਜਾਣਗੇ, ਤਾਂ ਉੱਥੇ ਫਿਰ ਜੋਤ ਵੀ ਟਿਕ ਗਈ ਅਤੇ ਜੁਗਤ ਵੀ ਆ ਗਈ। ਉਹ ਸਰੀਰ ਗੁਰਬਾਣੀ ਅਤੇ ਜੁਗਤ ਦੇ ਮੁਤਾਬਕ ਜੀ ਰਿਹਾ ਆਪਣੇ ਆਪ ਹੀ। ਇੱਕ ਹੋਰ ਬੇਨਤੀ ਕਰਾਂ, ਜਦੋਂ ਸਿੱਖ ਆਉਂਦਾ ਉਦੋਂ ਸਿੱਖਿਆ ਲੈਂਦਾ, ਉਦੋਂ ਨੌਲੇਜ ਲੈਂਦਾ, ਉਦੋਂ ਜਾਣਕਾਰੀ ਲੈਂਦਾ। ਜਿੱਦਣ ਉਹ ਗੁਰੂ ਦਾ ਪੁੱਤਰ ਬਣ ਜਾਂਦਾ,
ਉਹਦੀ ਆਪਣੀ ਜਾਣਕਾਰੀ ਖਤਮ ਹੋ ਜਾਂਦੀ, ਗੁਰੂ ਦੀ ਜਾਣਕਾਰੀ ਉਹਦੇ ਵਿੱਚੋਂ ਕੰਮ ਕਰਨ ਲੱਗ ਪੈਂਦੀ, ਉਹ ਅੰਦਰੋਂ ਆਪਣੇ ਆਪ ਪੈਦਾ ਹੋ ਜਾਏਗੀ, ਗੁਰੂ ਉਹਨੂੰ ਖਾ ਜਾਂਦਾ। ਜਿਵੇਂ ਅਮਰ ਵੇਲ ਨਹੀਂ ਹੁੰਦੀ, ਅਮਰ ਵੇਲ ਜਿਹੜੀ ਹੈ, ਅਮਰ ਵੇਲ ਤੁਸੀਂ ਵੇਖੀ ਹੋਵੇਗੀ ਪੁਰਾਣੇ ਬਜ਼ੁਰਗਾਂ ਨੇ, ਆ ਬੱਚੇ ਨੂੰ ਚੁੱਪ ਕਰਾ ਦਿਓ, ਸਾਰਾ ਡਿਸਟਰਬ ਹੋ ਰਿਹਾ, ਇੱਕ ਸਿੰਘ ਪਹਿਰੇਦਾਰ ਖੜ੍ਹੇ ਹੋਇਆ ਕਰੋ, ਕੋਈ ਨਾ ਕੋਈ ਨਵਾਂ ਆ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ। ਤਾਂ ਉਹ ਮਹਾਰਾਜ ਗੁਰੂ ਦਾ ਸੁਭਾਅ ਹੈ ਵੀ ਉਹ ਸਿੱਖ ਦੀ ਸਾਰੀ ਹੋਂਦ ਪਹਿਲਾਂ ਖਤਮ ਕਰ ਦਿੰਦਾ, ਉਹ ਜਨਮੇ ਗੁਰੂ ਘਰ ਦੇ ਵਿੱਚੋਂ। ਸਤਿਗੁਰ ਕਹਿ ਜਨਮੈ ਗਵਨ ਮਿਟਾਇਆ, ਗੁਰੂ ਘਰ ਵਿੱਚ ਜਨਮ ਹੋਇਆ। ਆਪਾਂ ਕਹਿੰਦੇ ਹਾਂ ਵੀ ਜਦੋਂ ਸਿੱਖ ਅੰਮ੍ਰਿਤ ਛਕਦਾ ਤਾਂ ਉਦੋਂ ਕਹਿੰਦਾ ਵੀ ਅੱਜ ਤੋਂ ਮੇਰਾ ਜਨਮ ਅਨੰਦਪੁਰ ਸਾਹਿਬ ਵਿੱਚ ਹੋਇਆ, ਇਹ ਮੰਨਿਆ ਜਾਂਦਾ ਹੈ, ਅੱਜ ਤੋਂ ਮੇਰਾ ਸ਼ਹਿਰ ਜਨਮ ਸਥਾਨ ਅਨੰਦਪੁਰ ਸਾਹਿਬ ਹੈ, ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਮੇਰੇ ਮਾਤਾ ਸਾਹਿਬ ਕੌਰ ਜੀ ਨੇ, ਇਹ ਕਿਉਂ ਹੈ? ਉੱਥੇ ਇਹ ਵੀ ਘਟਨਾ ਵਰਤਾਈ ਗੁਰੂ ਸਾਹਿਬ ਨੇ ਕਿ ਇੱਕ ਬਜ਼ੁਰਗ ਨੇ 60 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ ਸੀ, ਅਤੇ ਜਦੋਂ 70 ਸਾਲ ਦਾ ਹੋਇਆ ਤਾਂ ਉਹਨੂੰ ਕੋਈ ਪੁੱਛਦਾ ਤੁਹਾਡੀ ਉਮਰ ਕਿੰਨੀ, ਤਾਂ ਉਹ ਕਹਿੰਦੇ ਵੀ ਮੇਰੀ ਉਮਰ 10 ਸਾਲ ਹੋਈ, 70 ਸਾਲ ਦੇ ਹੋ ਗਏ ਸੀ। ਤਾਂ ਉਹਨਾਂ ਕਿਹਾ ਜੀ ਤੁਹਾਡੀ ਤਾਂ ਉਮਰ ਜ਼ਿਆਦਾ ਹੈ। ਕਹਿੰਦੇ ਉਹ ਤਾਂ ਸਰੀਰਕ ਉਮਰ ਸੀ, ਮੈਂ ਜਿੱਦਣ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਣਿਆ, ਗੁਰੂ ਗ੍ਰੰਥ ਸਾਹਿਬ ਦਾ ਪੁੱਤਰ ਬਣਿਆ, ਮੈਂ ਉਦਣ ਤੋਂ ਮੇਰਾ ਜਨਮ ਹੋਇਆ। ਅਤੇ ਇਹ ਮੈਂ ਬੇਨਤੀ ਕਰਾਂ, ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਉਹ ਉਸ ਪਿਓ ਦੇ ਸਰੀਰ ਦਾ ਹਿੱਸਾ ਹੁੰਦਾ ਹੈ, ਨਾ ਕਿ ਪਿਓ ਨੂੰ ਇਕੱਲੀ ਸਿੱਖਿਆ ਦਿੰਦਾ। ਇਸ ਇਹ ਚੀਜ਼ ਨੂੰ ਵਿਚਾਰਨ ਦੀ ਅੱਜ ਬੜੀ ਲੋੜ ਹੈ, ਕਿਉਂਕਿ ਅੱਜ ਇੱਕ ਜਾਂ ਤਾਂ ਅਸੀਂ ਭਟਕ ਗਏ ਹਾਂ ਜਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਸਿੱਖੀ ਨੂੰ ਇੱਕ ਸਿਰਫ ਨੌਲੇਜ, ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਕਾਰੀ ਦਾ ਪ੍ਰਚਾਰ ਹੋ ਰਿਹਾ, ਬਈ ਗੁਰਬਾਣੀ ਨੂੰ ਸਮਝੋ ਇਕੱਲਾ। ਠੀਕ ਹੈ, ਸੰਸਾਰਕ ਵਿੱਦਿਆ ਇੰਜੀਨੀਅਰ ਬਣਨਾ ਸਮਝਿਆ ਜਾ ਸਕਦਾ, ਇੰਜੀਨੀਅਰ ਜਦੋਂ ਬਣਦਾ ਤਾਂ ਉਦੋਂ ਸਾਧ ਸੰਗਤ ਜੀ ਕਦੀ ਉਹ ਇਹ ਨਹੀਂ ਆਪਾਂ ਕਹਿੰਦੇ ਵੀ ਇਹਦਾ ਪਿਤਾ ਇੰਜੀਨੀਅਰ ਸੀ ਅਤੇ ਅੱਗੋਂ ਪੁੱਤਰ ਜੰਮਿਆ ਅਤੇ ਸਿੱਧਾ ਹੀ ਇੰਜੀਨੀਅਰ ਬਣ ਗਿਆ। ਉਹ ਇੱਕ ਵਿੱਦਿਆ ਹੈ, ਭਾਵੇਂ ਪਿਓ ਇੰਜੀਨੀਅਰ ਹੈ, ਉਹਦੇ ਘਰ ਵਿੱਚ ਬੱਚੇ ਨੇ ਜਨਮ ਲਿਆ ਅਤੇ ਉਹਨੇ ਜੇ ਇੰਜੀਨੀਅਰ ਬਣਨਾ ਤਾਂ ਉਹਨੂੰ ਪਰਤ ਕੇ ਫਿਰ ਉਹ ਵਿੱਦਿਆ ਸਾਰੀ ਪੜ੍ਹਨੀ ਪਏਗੀ। ਉਹ ਇੰਜੀਨੀਅਰ ਦਾ ਪੁੱਤਰ ਹੈ ਸਿਰਫ, ਪਰ ਗੁਰੂ ਅਤੇ ਸਿੱਖ ਵਿੱਚ ਇਹ ਗੱਲ ਨਹੀਂ ਹੈ। ਜਿਸ ਦਿਨ ਗੁਰੂ ਸਿੱਖ ਦੇ ਉੱਤੇ ਕਿਰਪਾ ਕਰਦਾ, ਸਤਿਗੁਰੂ ਦੇ ਘਰ ਵਿੱਚ ਜਨਮ ਹੋ ਜਾਂਦਾ, ਤਾਂ ਜਿਹੜੇ ਵੀ ਗੁਰੂ ਸਾਹਿਬ ਦੇ ਵਿੱਚ ਜਿੰਨੀਆਂ ਬਖਸ਼ਾਂ ਸਨ, ਜਿੰਨਾ ਗਿਆਨ ਸੀ ਅਤੇ ਜਿੰਨੀ ਪਾਵਰ ਸੀ, ਉਹ ਸਾਰੀ ਮਹਾਰਾਜ ਸਿੱਖ ਦੇ ਵਿੱਚ ਭਰ ਦਿੰਦੇ ਨੇ। ਪੱਕੀ ਉਹਦਾ ਪੁੱਤਰ ਹੈ, ਉਹਦੇ ਵਿੱਚ ਉਹ ਜਨਮ ਲੈ ਲਿਆ, ਹੁਣ ਬਹੁਤੀ ਸਿੱਖਿਆ ਦੀ ਲੋੜ ਨਹੀਂ ਰਹੀ, ਉਹਦੇ ਵਿੱਚ ਹੀ ਹੋਏਗਾ। ਅੰਮ੍ਰਿਤ ਕੀ, ਅੰਮ੍ਰਿਤ ਦਾ ਮਤਲਬ ਕੀ ਹੈ? ਅੰਮ੍ਰਿਤ ਦਾ ਮਤਲਬ ਇਹ ਹੈ ਕਿ ਜੋ ਕੁਝ 10 ਪਾਤਸ਼ਾਹਾਂ ਦੇ ਕੋਲ ਸੀ, ਕਲਗੀਧਰ ਪਾਤਸ਼ਾਹ ਨੇ ਉਹ ਪਰੰਪਰਾ ਬਣਾਈ ਹੈ ਬਈ ਅੱਜ ਮੈਂ ਜਿਹੜਾ 239 ਸਾਲ ਦੀ ਕਮਾਈ ਸਾਰੀ, ਤਾਂ ਉਹ ਬਾਣੀ ਪੜ੍ਹ ਕੇ ਉਸ ਜਲ ਦੇ ਵਿੱਚ ਵੇਖ ਕੇ ਤਾਂ ਉਹਦੇ ਵਿੱਚ ਘੋਲ ਕੇ ਸਿੱਖਾਂ ਦੀਆਂ ਅੱਖਾਂ ਵਿੱਚ ਪਾ ਦਿੱਤਾ, ਸਿੱਖਾਂ ਦੇ ਸੀਸ ਵਿੱਚ ਪਾਇਆ, ਉਹਨਾਂ ਨੂੰ ਪਿਆ ਦਿੱਤਾ, ਕਹਿੰਦੇ ਅੱਜ ਤੋਂ ਤੁਹਾਡਾ ਜਨਮ ਹੋ ਗਿਆ। ਅਤੇ ਉਹ ਗੱਲ ਉਸ ਦਿਨ ਖਤਮ ਨਹੀਂ ਹੋਈ। ਉਸ ਦਿਨ ਤੋਂ ਬਾਅਦ ਮਹਾਰਾਜ ਨੇ ਕਿਹਾ ਹੁਣ ਮੈਂ 5 ਪਿਆਰਿਆਂ ਦੇ ਵਿੱਚ ਬਹਿ ਕੇ ਉਹੀ 10 ਪਾਤਸ਼ਾਹਾਂ ਦੀ ਸਾਰੀ ਦਾਤ ਜਿਹੜੀ ਅੱਜ ਵੀ ਤੁਹਾਨੂੰ ਮੈਂ ਅੰਮ੍ਰਿਤ ਦੇ ਵਿੱਚ ਪਾ ਕੇ ਦਿੰਦਾ। ਇਹ ਅਸੀਂ ਇਹਦੇ ਬਾਰੇ ਕਿੰਨਾ ਕੁ ਪ੍ਰਚਾਰ ਕਰਨੇ ਆ ਵੀ ਅੰਮ੍ਰਿਤ ਕੀ ਹੈ। ਇਹ ਗੱਲ ਇਕੱਲੀ ਕਹਿਣੀ ਅੰਮ੍ਰਿਤ ਛਕ ਲਓ ਬੜੀ ਚੰਗੀ ਗੱਲ ਹੈ, ਪਰ ਮੈਂ ਸਮਝਦਾ ਵੀ ਅੰਮ੍ਰਿਤ ਦੇ ਬਾਹਰੀ ਸਰੂਪ ਦੀ ਵਿਆਖਿਆ ਵੀ ਬਹੁਤ ਘੱਟ ਹੈ। ਅੰਮ੍ਰਿਤ ਛਕਣ ਤੋਂ ਬਾਅਦ ਸਿੱਖ ਨੇ ਕੰਮ ਕਿਹੜਾ ਕਰਨਾ ਉਹਦੀ ਵਿਆਖਿਆ ਬੜੀ ਘੱਟ ਹੈ, ਅਤੇ ਅੰਮ੍ਰਿਤ ਅੰਦਰੋਂ ਕਿਵੇਂ ਕੱਢਣਾ ਉਹਦੀ ਵੀ ਵਿਆਖਿਆ ਬਹੁਤ ਘੱਟ ਹੈ। ਜਿੱਥੇ ਸਮਾਗਮ ਹੋਵੇਗਾ ਤੁਸੀਂ ਅੰਮ੍ਰਿਤਧਾਰੀ ਸਿੰਘਾਂ ਨੂੰ 100 ਨੂੰ ਖੜ੍ਹੇ ਕਰਕੇ ਪੁੱਛ ਲਓ ਵੀ ਅੰਦਰ ਕੀ ਦੱਸਿਆ ਗਿਆ, ਅੰਮ੍ਰਿਤ ਛਕਣ ਤੋਂ ਬਾਅਦ ਕੀ ਕਰਨਾ। ਤੁਹਾਨੂੰ 100 ਵਿੱਚੋਂ 10 ਹੀ ਦੱਸਣਗੇ, ਬਾਕੀਆਂ ਨੂੰ ਨਹੀਂ ਪਤਾ ਹੋਵੇਗਾ, ਬਹੁਤ ਘੱਟ ਨੂੰ ਪਤਾ ਲੱਗੇ। ਉਹਦਾ ਕਾਰਨ ਇਹ ਨਹੀਂ ਵੀ ਉਹ 5 ਪਿਆਰੇ ਉਦਣ ਹੀ ਸਮਝਾ ਸਕਦੇ ਨੇ, ਅਸਲ ਵਿੱਚ ਐਡੀ ਵੱਡੀ ਦਾਤ ਦੀ
ਬਾਹਰੀ ਵਿਆਖਿਆ ਸਿਰਫ ਇੰਨੀ ਹੈ ਵੀ ਐਡਮਿਸ਼ਨ ਲੈ ਲਓ, ਐਡਮਿਸ਼ਨ ਲੈ ਲਓ, ਅੰਮ੍ਰਿਤ ਛਕ ਲਓ, ਬਸ ਇਹਦੇ ਤੋਂ ਅੱਗੇ ਉਹਦੀ ਐਡਮਿਸ਼ਨ ਤਾਂ ਇੱਕ ਦਿਨ ਹੁੰਦੀ ਹੈ, ਬੱਚਾ ਪੜ੍ਹਦਾ ਤਾਂ ਸਾਲ ਹੈ ਸਾਰਾ। ਤਾਂ ਅੰਮ੍ਰਿਤ ਦਾ ਮਤਲਬ ਕਈ ਲੋਕ ਇਹ ਵੀ ਕਹਿੰਦੇ ਅੰਮ੍ਰਿਤ ਦੀ ਤਾਂ ਉਦੋਂ ਲੋੜ ਸੀ ਕਿਉਂਕਿ ਉਦੋਂ ਔਰੰਗਜ਼ੇਬ ਬੜਾ ਜ਼ਾਲਮ ਸੀ, ਉਹਦਾ ਮੁਕਾਬਲਾ ਕਰਨਾ ਸੀ, ਇਸ ਲਈ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਸੀ। ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਅਸੀਂ ਸਟੇਜਾਂ ਤੋਂ ਜੋ ਕੁਝ ਗਿਆਨ ਇਸ ਮਾਈਕ ਵਿੱਚੋਂ ਬੋਲਿਆ ਉਹਦੇ ਵਿੱਚ ਅੰਮ੍ਰਿਤ ਦੇ ਅਰਥ ਇਹ ਹੀ ਕੱਢੇ ਨੇ ਕਿ ਅੰਮ੍ਰਿਤ ਪੀਣ ਤੋਂ ਬਾਅਦ ਬੰਦਾ ਬਹੁਤ ਜ਼ਿਆਦਾ ਤਾਕਤਵਰ ਹੋ ਜਾਂਦਾ, ਉਹ ਤਲਵਾਰ ਖਿੱਚ ਲੈਂਦਾ, ਉਹ ਇੰਨੇ ਬੰਦਿਆਂ ਨੂੰ ਮਾਰ ਸਕਦਾ। ਇਸ ਵਿਆਖਿਆ ਨੇ ਸਾਡਾ ਬਹੁਤ ਨੁਕਸਾਨ ਕੀਤਾ। ਜਦਕਿ ਦੂਜਾ ਪਾਸਾ ਸੀ ਵੀ ਅੰਮ੍ਰਿਤ ਇੱਕ ਅਧਿਆਤਮਕ ਪ੍ਰਕਿਰਿਆ ਵੀ ਹੈ, ਉਹਦੇ ਅੰਦਰ ਦੀ ਤਬਦੀਲੀ ਹੈ, ਉਹਨੇ ਅੰਮ੍ਰਿਤ ਛਕਣ ਤੋਂ ਬਾਅਦ ਜਿਹੜੀ ਗੁਰ ਸ਼ਬਦ ਦੀ ਕਮਾਈ ਕਰਨੀ ਉਹਦੇ ਵਿੱਚੋਂ ਕੋਈ ਐਸਾ ਉਹਨੂੰ ਆਨੰਦ ਪ੍ਰਾਪਤ ਹੋਣਾ ਕਿ ਉਹ ਦੁਨੀਆ ਦੇ ਵਿੱਚ ਇੱਕ ਸੰਤੁਸ਼ਟ ਵਿਅਕਤੀ ਰੱਜਿਆ ਪੁੱਜਿਆ ਅਤੇ ਕਿਸੇ ਸਰੂਰ ਵਿੱਚ ਜਿਉਣ ਵਾਲਾ ਬਣ ਸਕਦਾ। ਅਤੇ ਜਿਹੜੇ ਸਿਪਾਹੀ ਵੀ ਬਣੇ ਨੇ, ਜਿਹੜੇ ਲੜੇ ਵੀ ਨੇ, ਉਹਦੇ ਅੱਗੇ ਪਹਿਲਾਂ ਸੰਤ ਲਫਜ਼ ਆਉਂਦਾ, ਸਿਪਾਹੀ ਬਾਅਦ ਵਿੱਚ। ਜੇ ਕਿਤੇ ਸਾਡੇ ਵਿੱਚ ਕੋਈ ਬੜਾ ਵੱਡਾ ਸੂਰਮਾ ਬਣਿਆ ਅਤੇ ਸਾਧ ਸੰਗਤ ਜੀ ਉਹਨਾਂ ਦੇ ਮਹਾਂਪੁਰਸ਼ਾਂ ਦਾ 101 ਪਾਠ ਦਾ, ਰੋਜ਼ ਦਾ, ਜਪਜੀ ਸਾਹਿਬ ਦਾ ਅਭਿਆਸ ਸੀ ਤਾਂ ਇੰਨੀ ਸੂਰਮਤਾਈ ਆਈ, ਤਾਂ ਇੰਨੀ ਪਾਵਰ ਆਈ, ਤਾਂ ਸ਼ਕਤੀ ਆਈ। ਉਹ ਇਕੱਲਾ ਸਿਪਾਹੀ ਦੀ ਭਰਤੀ ਨਹੀਂ ਅੰਮ੍ਰਿਤ ਛਕਣਾ। ਤਾਂ ਇਸ ਤਰ੍ਹਾਂ ਸਤਿਗੁਰੂ ਜੀ ਜਿਹਦੇ ਉੱਤੇ ਕਿਰਪਾ ਕਰ ਦਿੰਦੇ, ਜਿਹਦੇ 'ਤੇ ਰਹਿਮਤਾਂ ਵਰਸਾ ਦਿੰਦੇ ਹਨ, ਤਾਂ ਉਹਨੂੰ ਸਨਮੁੱਖ ਕਰ ਲੈਂਦੇ ਨੇ, ਆਪਣੇ ਵਰਗਾ ਕਰ ਲੈਂਦੇ, ਆਪਣੇ ਬਰਾਬਰ ਦਾ। ਸਤਿਗੁਰੂ ਜੀ ਨੇ 10 ਸਰੀਰਾਂ ਦੇ ਵਿੱਚ ਵਿਚਰ ਕੇ ਬਾਣੀ ਨਾਲ ਉਚਾਰਨ ਕੀਤੀ ਹੈ ਅਤੇ ਨਾਲ ਨਾਲ ਉਸ ਬਾਣੀ ਦੇ ਵਿੱਚ ਜੋ ਲਿਖਿਆ ਉਹ ਆਪਣੇ ਸਰੀਰਾਂ ਦੇ ਵਿੱਚ ਹੀ ਕਮਾ ਕੇ ਵਿਖਾਇਆ ਕਿ ਇਸ ਬਾਣੀ ਨੂੰ ਬਾਅਦ ਵਾਲੇ ਸਿੱਖਾਂ ਨੇ ਵੀ ਇਸ ਤਰ੍ਹਾਂ ਕਮਾਉਣਾ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਅੱਜ ਸਨਮੁੱਖ ਸਿੱਖ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਤਾਂ ਉਹ ਸਨਮੁੱਖ ਸਿੱਖ ਹੋਏ ਨੇ ਭਾਈ ਲਹਿਣਾ ਜੀ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਆਪਣਾ ਸਰੀਰ ਤਿਆਗਣਾ ਸੀ ਤਾਂ ਆਪਣੇ ਸਰੀਰ ਦੇ ਤਿਆਗਣ ਤੋਂ ਕਾਫੀ ਦਿਨ ਪਹਿਲਾਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ 'ਤੇ ਬਿਠਾ ਕੇ ਤਾਂ ਉਹਦੇ ਤੋਂ ਬਾਅਦ ਕਿਹਾ ਵੀ ਤੁਸੀਂ ਖਡੂਰ ਸਾਹਿਬ ਚਲੇ ਜਾਓ। ਪਰ ਉਹਦੇ ਤੋਂ ਪਹਿਲਾਂ, ਗੱਦੀ 'ਤੇ ਬਿਠਾਉਣ ਤੋਂ ਪਹਿਲਾਂ 7 ਸਾਲਾਂ ਦੀ ਮਿਹਨਤ ਕਰਾਈ ਔਰ ਸਿਖਾਇਆ, ਸਿੱਖੀ ਕੀ ਹੈ। ਉਹਨਾਂ 7 ਸਾਲਾਂ ਦੇ ਵਿੱਚ ਗਿਆਨ ਅਤੇ ਸ਼ਰਧਾ ਦਾ ਸੁਮੇਲ ਕੀਤਾ, ਜੋੜ ਦਿੱਤਾ। ਨਾ ਇਕੱਲਾ ਗਿਆਨ ਦਿੱਤਾ ਸੀ, ਨਾ ਇਕੱਲੀ ਸ਼ਰਧਾ ਦਿੱਤੀ ਸੀ। ਹਾਲਾਂਕਿ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਉਹਨਾਂ ਨੇ ਸਿਰਫ ਜੋ ਸਤ ਬਚਨ ਕਿਹਾ ਮੰਨਦੇ ਗਏ, ਜੋ ਹੁਕਮ ਹੋਇਆ ਦਿਨ ਰਾਤ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਾਲੇ ਪਾਸੇ ਖੜ੍ਹੇ ਰਹਿ, ਬਿਲਕੁਲ ਹੋਇਆ। ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਰਾਤ ਦਿਨ ਨੂੰ, ਤਾਂ ਭਾਈ ਲਹਿਣਾ ਜੀ ਕਹਿੰਦੇ ਰਾਤ, ਜੋ ਕਹਿੰਦੇ ਉਹ 7 ਬਚਨ, ਹਿਸਾਬ ਕਿਤਾਬ ਨਹੀਂ ਉੱਥੇ। ਜਿੰਨੀਆਂ ਘਟਨਾਵਾਂ ਨੇ ਭਾਈ ਲਹਿਣਾ ਜੀ ਦੀਆਂ, ਉਹਦੇ ਵਿੱਚ ਉਹਨਾਂ ਨੇ ਕਿਤੇ ਵੀ ਤਰਕ ਔਰ ਬੁੱਧੀ ਦਾ ਇਸਤੇਮਾਲ ਨਹੀਂ ਕੀਤਾ। ਕਿਉਂਕਿ ਤਰਕ ਅਤੇ ਬੁੱਧੀ ਤਾਂ ਜਵਾਬ ਦਿੰਦੀ ਨਾ, ਵੀ ਜਿਵੇਂ ਕਹਿੰਦੇ ਜਾ ਕਿੱਕਰ 'ਤੇ ਚੜ੍ਹ ਕੇ ਮਠਿਆਈ ਹਿਲਾ ਦੇ, ਉਹ ਚੜ੍ਹਨ ਨੂੰ ਤਿਆਰ ਨੇ, ਚੜ੍ਹ ਜਾਂਦੇ ਨੇ। ਇਸ ਲਈ ਅੱਜ ਕੱਲ੍ਹ ਦੇ ਤਰਕਵਾਦੀਆਂ ਨੂੰ ਇਹਦੀ ਸਮਝ ਨਹੀਂ ਆਈ ਵੀ ਕਿੱਕਰ ਤੋਂ ਮਠਿਆਈ ਡਿੱਗ ਸਕਦੀ ਹੈ, ਕਿਉਂਕਿ ਉਹ ਬੁੱਧੀ ਦੇ ਤਲ 'ਤੇ ਸੋਚਦੇ, ਉਹਨਾਂ ਦਾ ਦੋਸ਼ ਵੀ ਨਹੀਂ ਵਿਚਾਰੇ। ਹੁਣ ਜਿਹੜੀ ਛੋਟੀ ਜਿਹੀ ਛੱਪੜੀ ਦੀ ਮੱਛੀ, ਉਹਨੇ ਤਾਂ ਉਹ ਉਸ ਪਾਣੀ ਵਿੱਚ ਹੀ ਨਹਾਉਣਾ ਨਾ ਜਿਹੜਾ ਉਹ ਚਿੱਕੜ ਨਾਲ ਭਰਿਆ ਹੋਇਆ। ਉਹ ਬੁੱਧੀ ਦਾ ਚਿੱਕੜ ਹੈ ਉੱਥੇ। ਉਹ ਸੋਚਦੇ ਵੀ ਇੱਥੋਂ ਤੱਕ ਕਿ ਜਿੰਨਾ ਸਮਝ ਆ ਗਿਆ, ਯਾਨੀ ਕਿ ਇੱਕ ਸਕੂਲਿੰਗ ਕਰ ਰਹੇ ਨੇ ਉਹ ਧਰਮ ਦੀ। ਪਰ ਉੱਥੇ ਬੁੱਧੀ, ਜੇ ਬੁੱਧੀ ਨੂੰ ਕਹੋ ਤਾਂ ਕਦੇ ਰੁੱਖਾਂ ਤੋਂ ਮਠਿਆਈ ਕਦੀ ਨਹੀਂ ਡਿੱਗਦੀ। ਪਰ ਉੱਥੇ ਇੱਕ ਘਟਨਾ ਨਹੀਂ ਇਸ ਤਰ੍ਹਾਂ ਦੀ ਹੋਈ, ਰਾਤ ਨੂੰ ਕੱਪੜੇ ਧੋ ਕੇ ਲਿਆਓ, ਰਾਤ ਨੂੰ ਕੰਧ ਬਣਾਓ, ਚਿੱਕੜ ਦੇ ਵਿੱਚੋਂ ਕੌਲਾ ਬਾਹਰ ਕੱਢੋ, ਕਿੰਨੇ ਕੰਮ ਨੇ ਇਹ ਸਾਰੇ ਕੀ ਨੇ? ਇਹ ਉਸ ਅੰਦਰ ਦੀ ਮਰਜ਼ੀ ਨੂੰ, ਜਿਹੜੀ ਬੁੱਧੀ ਨੂੰ ਅਸੀਂ ਸਿੱਖੀ ਕਹਿ ਰਹੇ ਹਾਂ, ਬੁੱਧੀਜੀਵੀ, ਉਹਨੂੰ ਤੋੜਦੇ ਨੇ, ਉਹਨੂੰ ਵੱਢਦੇ ਨੇ ਵੀ ਜਿੰਨਾ ਚਿਰ ਅੰਦਰੋਂ ਵੱਢੀ ਨਾ ਗਈ ਹੈ। ਮਸਤਕ ਕਾਟ ਧਰੀ ਚਰਨਾ ਤਲ, ਮਸਤਕ ਦਾ ਮਤਲਬ ਕੀ ਹੈ? ਆਪਣੀ ਮਤ, ਉਹ ਮਤ ਵੱਢ ਵੱਢ ਕੇ ਗੁਰੂ ਦੇ ਚਰਨਾਂ ਵਿੱਚ ਚੜ੍ਹਾ ਦਿੱਤੀ।
ਤਾਂ ਇਹ 7 ਸਾਲ ਦੀਆਂ ਇਹ ਸਾਰੀਆਂ ਕਾਰਵਾਈਆਂ ਘਟਨਾਵਾਂ ਦੱਸਦੀਆਂ ਨੇ। ਜੇ ਕੋਈ ਉੱਥੇ ਤਰਕਵਾਦੀ ਜਾਏਗਾ, ਤਰਕਵਾਦੀ ਕਹੇਗਾ ਵੀ ਇਹ ਕਾਹਦੀ ਸੇਵਾ ਹੈ, ਗੁਰੂ ਕਹਿੰਦਾ ਜੀ ਰਾਤ ਨੂੰ ਕੱਪੜੇ ਧੋ ਕੇ ਲਿਆਓ, ਇਹ ਤਾਂ ਬੁੱਧੂ ਬਣਾ ਦਿੱਤਾ। ਇਹ ਹੁਣ ਵਾਲੇ ਤਾਂ ਹੀ ਤਾਂ ਇਹਨਾਂ ਸਾਖੀਆਂ ਨੂੰ ਮੰਨਦੇ ਨਹੀਂ ਵੀ ਬੰਦਾ ਬੁੱਧੂ ਬਣਦਾ, ਵੀ ਅਸੀਂ ਤਾਂ ਅਧਿਆਪਕ ਬਣਾਉਣਾ ਸਿੱਖੀ ਤਾਂ ਟੀਚਿੰਗ ਕਰਨੀ, ਟੀਚਰ ਪੈਦਾ ਕਰਨੇ ਨੇ, ਅਸੀਂ ਗੁਰਮੁਖ ਪੈਦਾ ਥੋੜ੍ਹੀ ਕਰਨੇ ਨੇ। ਇਹ ਖਿਆਲ ਰੱਖਣਾ, ਗੁਰੂ ਸਾਹਿਬ ਨੇ ਗੁਰਮੁਖ ਪੈਦਾ ਕੀਤੇ ਸਨ, ਟੀਚਰ ਅਧਿਆਪਕ ਪੈਦਾ ਨਹੀਂ ਸਨ ਕੀਤੇ ਵੀ ਪੜ੍ਹਾਓ ਜਾ ਕੇ ਤੋਤਿਆਂ ਵਾਂਗੂ ਲੋਕਾਂ ਨੂੰ। ਕਹਿੰਦੇ ਤਾਂ ਅਸੀਂ ਤੋਤਾ ਰਟਣ ਨਾਮ ਜਪਣ ਵਾਲਿਆਂ ਨੂੰ ਹਾਂ, ਪਰ ਕਿਤੇ ਧਿਆਨ ਮਾਰੀ ਕਿਤੇ ਆਪਾਂ ਆਪ ਤਾਂ ਨਹੀਂ ਤੋਤੇ ਬਣ ਗਏ, ਲੋਕਾਂ ਨੂੰ ਤੋਤੇ ਬਣਾ ਰਹੇ ਹਾਂ ਵੀ ਪੜ੍ਹੋ ਅਤੇ ਆਪਸ ਵਿੱਚ ਲੜੋ। ਕਿੰਨੀਆਂ ਲੜਾਈਆਂ ਪੈਦਾ ਹੋ ਗਈਆਂ। ਤਾਂ ਉੱਥੇ ਜਦੋਂ ਆਪਾਂ ਵੇਖਦੇ ਹਾਂ ਵੀ ਭਾਈ ਲਹਿਣਾ ਜੀ ਕਿਤੇ ਵੀ ਤਰਕ ਨਹੀਂ ਕਰਦੇ, ਤਰਕ ਨੂੰ ਭਾਵੇਂ ਗੁਰਮਤ ਦੇ ਵਿੱਚ ਕਹਿੰਦੇ ਵੀ ਤਰਕ ਬੜਾ ਜ਼ਰੂਰੀ, ਤਰਕ ਨਹੀਂ ਜ਼ਰੂਰੀ, ਉਹ ਵਿਵੇਕ ਬੁੱਧੀ ਹੈ ਜਿਹਨੂੰ ਮਹਾਰਾਜ ਨੇ ਕਿਹਾ, ਉਹ ਵਿਵੇਕ ਹੈ, ਤਰਕ ਨਹੀਂ। ਉਹ ਤਰਕ ਦਾ ਸਿੱਖੀ ਵਿੱਚ ਕੋਈ ਨਾਂ ਨਹੀਂ ਹੈ। ਤਰਕ ਕਿਹਨੂੰ ਕਹਿੰਦੇ ਨੇ? ਤਰਕ ਦਾ ਮਤਲਬ ਥੋੜ੍ਹਾ ਜਿਹਾ ਉਦਾਹਰਣ ਦੇ ਦਿਆਂ ਮੈਂ, ਤਰਕ ਦਾ ਮਤਲਬ ਇਹ ਜਿਵੇਂ ਦੋ ਬੰਦੇ ਨੇ ਉਹਨਾਂ ਨੇ ਕੇਸ ਲੜਨਾ, ਉਹ ਵਕੀਲ ਕਰੇਗਾ। ਹੁਣ ਜਿਹੜਾ ਵਕੀਲ ਹੈ ਉਹ ਦੋਵਾਂ ਧਿਰਾਂ ਵਿੱਚੋਂ ਕਿਸੇ ਵੱਲ ਵੀ ਹੋ ਸਕਦਾ, ਉਹਨੇ ਉਹਦਾ ਹੀ ਕੇਸ ਲੜਨਾ ਜਿਹਦੇ ਵੱਲ ਹੋ ਗਿਆ। ਇਹ ਨਹੀਂ ਵੀ ਠੀਕ ਕਿਹੜਾ ਅਤੇ ਗਲਤ ਕਿਹੜਾ, ਉਹ ਜਿਸ ਬੰਦੇ ਦੇ ਰਾਹੀਂ ਕੇਸ ਲੜ ਰਿਹਾ ਹੈ ਉਹਨੇ ਉਹਨੂੰ ਠੀਕ ਸਿੱਧ ਹੀ ਕਰਨਾ ਹੈ, ਭਾਵੇਂ ਉਹ ਠੀਕ ਹੈ ਅਤੇ ਭਾਵੇਂ ਗਲਤ ਹੈ। ਤਰਕ ਜਿਹੜੀ ਚੀਜ਼ ਹੈ ਨਾ ਸਾਧ ਸੰਗਤ ਜੀ, ਤਰਕ ਧਰਮ ਨਹੀਂ ਹੁੰਦਾ ਕਦੀ। ਤਰਕ ਜਿਹੜਾ ਜਿਹੜੀ ਚੀਜ਼ ਨਾਲ ਜੋੜਦੇ ਉਹਨੂੰ ਸਿੱਧ ਕਰਨਾ ਸ਼ੁਰੂ ਕਰ ਦੇਗਾ, ਭਾਵੇਂ ਉਹ ਗਲਤ ਹੈ ਭਾਵੇਂ ਠੀਕ ਹੈ, ਉਹ ਕਦੀ ਧਰਮ ਨਹੀਂ ਹੋ ਸਕਦਾ। ਵਿਵੇਕ ਧਰਮ ਹੁੰਦਾ, ਉਹ ਪਰਖ ਕੇ ਕਹਿੰਦਾ ਵੀ ਆਹ ਚੀਜ਼ ਠੀਕ ਹੈ ਅਤੇ ਆਹ ਚੀਜ਼ ਗਲਤ ਹੈ। ਇਸ ਤਰ੍ਹਾਂ ਤਰਕ ਨੂੰ ਸਿੱਖੀ ਵਿੱਚ ਥਾਂ ਨਹੀਂ, ਵਿਵੇਕ ਬੁੱਧੀ ਨੂੰ ਥਾਂ ਹੈ। ਵਿਵੇਕ ਬੁੱਧੀ ਉਹਨੂੰ ਕਹਿੰਦੇ ਨੇ, ਉਹ ਇੱਕ ਵੱਖਰਾ ਵਿਸ਼ਾ। ਵਿਵੇਕ ਬੁੱਧੀ ਕੀ ਹੁੰਦੀ ਆਪਾਂ ਵਿੱਚ ਕਈ ਥਾਵਾਂ 'ਤੇ ਆਇਆ ਵੀ। ਹਾਂ, ਜਿਸ ਵਕਤ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਸੇਵਾ ਕੀਤੀ ਅਤੇ ਗੁਰੂ ਸਾਹਿਬ ਦਾ 7 ਸਾਲ ਤੱਕ ਹੁਕਮ ਮੰਨਿਆ, 7 ਸਾਲ ਤੱਕ ਹੁਕਮ ਮੰਨਿਆ, ਜਿਵੇਂ ਕਿਹਾ ਉਵੇਂ ਕਰੀ ਗਏ, ਨਾ ਰਾਤ ਵੇਖੀ ਨਾ ਦਿਨ ਵੇਖਿਆ, ਜੋ ਹੁਕਮ ਸੀ ਉਹ ਸਤ ਵਚਨ ਜੀ ਸਿਰ ਝੁਕਾ ਦਿੱਤਾ। ਅਤੇ ਅਖੀਰਲੇ ਦਿਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਖ਼ਤ 'ਤੇ ਬਿਠਾ ਕੇ ਪਰਿਕਰਮਾ ਕੀਤੀ ਅਤੇ ਭਾਈ ਲਹਿਣਾ ਜੀ ਨੂੰ ਇਸ਼ਾਰਾ ਕੀਤਾ, ਕਹਿੰਦੇ ਤੇਰੀਆਂ ਕਸਵੱਟੀਆਂ ਬਹੁਤ ਲੱਗੀਆਂ ਨੇ, ਤੈਨੂੰ ਪਰਖਿਆ ਮੈਂ ਬਹੁਤ ਹੈ, ਮੁਰਦੇ ਤੱਕ ਖਾਣ ਲਈ ਕਿਹਾ ਹੈ, ਕਈ ਕੁਝ ਕਿਹਾ, ਉਹ ਵੀ ਕਸਵੱਟੀਆਂ ਬਹੁਤ ਵੱਡੀਆਂ ਸਨ, ਪਰ ਲੈਣਿਆ ਹੁਣ ਧਿਆਨ ਰੱਖੀ ਸਭ ਤੋਂ ਖੀਰਲੀ ਕਸਵੱਟੀ ਹੁਣ ਲੱਗੇਗੀ, ਵੇਖਣ ਵਿੱਚ ਛੋਟੀ ਹੈ ਪਰ ਅੰਦਰੂਨੀ ਤੌਰ 'ਤੇ ਬਹੁਤ ਵੱਡੀ, ਉਹ ਕਿਹੜੀ ਕਸਵੱਟੀ ਹੈ? ਗੁਰੂ ਸਾਹਿਬ ਜਦੋਂ ਪਰਿਕਰਮਾ ਕਰਕੇ ਝੁਕਣ ਲੱਗੇ ਨਾ, ਭਾਈ ਲਹਿਣੇ ਦੇ ਪੈਰਾਂ ਨੂੰ ਹੱਥ ਲਾਉਣ ਲੱਗੇ, ਨਮਸਕਾਰ ਕਰਨ ਲੱਗੇ, ਅਤੇ ਭਾਈ ਲਹਿਣੇ ਦੇ ਪੈਰ ਹਿੱਲ ਗਏ, ਪੈਰ ਹਿੱਲਣੇ ਹੀ ਸਨ। ਜਦੋਂ ਪੈਰ ਹਿੱਲ ਗਏ, ਕਿਉਂਕਿ ਜਦੋਂ ਜਿਹਦੇ ਅੱਗੇ ਕਦੀ ਸਿਰ ਨਹੀਂ ਸੀ ਚੁੱਕਿਆ ਉਹ ਮੱਥਾ ਟੇਕਣ ਲੱਗਾ, ਕਿਵੇਂ ਸਹਿਣ ਕਰੇਗਾ ਬੰਦਾ? ਜਦੋਂ ਪੈਰ ਹਿੱਲ ਗਏ ਅਤੇ ਮਹਾਰਾਜ ਅੱਗੇ ਝੁਕੇ ਹੋਏ ਨੇ, ਖਲੋ ਗਏ, ਕਹਿਣ ਲੱਗੇ ਲੈਣਿਆ ਤੈਨੂੰ ਕਿਹਾ ਸੀ ਕਸਵੱਟੀ ਬਹੁਤ ਵੱਡੀ ਹੈ, ਡੋਲੀ ਨਾ। ਕਹਿੰਦੇ ਮਹਾਰਾਜ ਦੱਸੋ ਕੀ ਹੁਕਮ ਹੈ? ਕਹਿੰਦੇ ਪੈਰ ਕਿਉਂ ਹਿਲਾਉਣਾ ਹੈ? ਜਦੋਂ ਮੈਂ ਤੇਰੇ ਪੈਰ ਫੜਨ ਲੱਗਣਾ, ਮੱਥਾ ਟੇਕਣਾ, ਪੈਰ ਕਿਉਂ ਹਿਲਾਉਣਾ? ਅਤੇ ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਸਾਰੀ 7 ਸਾਲ ਹੋ ਗਏ ਤੁਹਾਡੇ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ ਕਦੀ, ਅੱਜ ਤੁਸੀਂ ਹੁਣ ਮੱਥਾ ਟੇਕਣ ਲੱਗੇ ਹੋ, ਕਿਵੇਂ ਸਹਿਣ ਕਰਾਂ, ਇਹ ਬਦਬੀ ਹੈ। ਸਤਿਗੁਰੂ ਨੇ ਉੱਥੇ ਸਿੱਖੀ ਦੀ ਅਖੀਰਲੀ ਵਿਆਖਿਆ ਦੱਸੀ, ਕਹਿਣ ਲੱਗੇ ਜਿੱਦਣ ਆਇਆ ਸੀ ਉਦਣ ਕੀ ਕਹਿੰਦਾ ਵੀ ਸਾਰਾ ਕੁਝ ਤੁਹਾਨੂੰ ਸੌਂਪ ਦਿੱਤਾ? ਕਹਿੰਦੇ ਉਹ ਤਾਂ ਸੌਂਪਿਆ ਹੋਇਆ। ਕਹਿੰਦੇ ਪੈਰ ਪਿੱਛੇ ਰਹਿ ਗਏ ਨੇ, ਫਿਰ ਪੈਰ ਨਹੀਂ ਸੌਂਪੇ ਤੂੰ? ਪੈਰ ਕਿਹਦੇ ਨੇ? ਇਹ ਪੈਰ ਤੇਰੇ ਨਹੀਂ, ਜੇ ਤੂੰ ਤਨ ਮਨ ਅਤੇ ਧਨ ਸੌਂਪ ਦਿੱਤਾ ਹੈ ਤਾਂ ਤਨ ਦੇ ਵਿੱਚ ਪੈਰ ਵੀ ਆਉਂਦੇ ਨੇ, ਅਤੇ ਮੈਂ ਮੱਥਾ ਟੇਕ ਕੇ ਹੀ ਵੇਖਣਾ ਸੀ ਵੀ ਅਜੇ ਤੂੰ ਸਮਝਣਾ ਕਿ ਨਹੀਂ ਪੈਰ ਮੇਰੇ ਨੇ, ਇਹ ਅਜੇ ਤੂੰ ਪੈਰ ਨਹੀਂ ਸੌਂਪੇ। ਉਸ ਦਿਨ ਤੋਂ ਪੈਰ ਵੀ ਸੌਂਪ ਦਿੱਤੇ। ਗੁਰੂ ਨਾਨਕ ਸਾਹਿਬ ਨੇ ਕਿਹਾ ਤੇਰੇ ਹੱਥ ਵੀ ਮੇਰੇ, ਤੇਰੇ ਪੈਰ ਵੀ ਮੇਰੇ, ਤੇਰਾ ਸਿਰ ਵੀ ਮੇਰਾ, ਮੈਂ ਮੱਥਾ ਟੇਕਾਂ ਭਾਵੇਂ ਤੇਰੇ ਸਿਰ 'ਤੇ ਹੱਥ ਰੱਖਾਂ ਭਾਵੇਂ ਜੋ ਮਰਜ਼ੀ, ਤੇਰਾ ਹੈ ਹੀ ਨਹੀਂ ਕੁਝ, ਫਿਰ ਤੂੰ ਅੜਦਾ ਕਿਉਂ ਹੈ, ਪੈਰ ਕਿਉਂ ਹਿਲਾਉਂਦਾ?
ਤਾਂ ਗੁਰੂ ਸਾਹਿਬ ਨੇ ਇੱਕ ਨਾਂ ਦਿੱਤਾ ਅੰਗਦ। ਅੰਗਦ ਦਾ ਮਤਲਬ ਸੀ ਜਿਹੜਾ ਆਦਮੀ ਗੁਰੂ ਨਾਨਕ ਸਾਹਿਬ ਦਾ ਅੰਗ ਬਣ ਗਿਆ ਸੀ, ਅੰਗ ਸੀ, ਯਾਨੀ ਕਿ ਗੁਰੂ ਸਾਹਿਬ ਦੇ ਹੀ ਉਹ ਅੰਗ ਸਨ। ਉਹ ਪੈਰ ਵੀ ਗੁਰੂ ਸਾਹਿਬ ਦੇ, ਹੱਥ ਵੀ ਗੁਰੂ ਸਾਹਿਬ ਦੇ, ਭਾਵੇਂ ਰਹਿਣਾ ਸੀ, ਉਹ ਪੈਰ ਉਹਨਾਂ ਦੇ ਆਪਣੇ ਨਹੀਂ ਸਨ। ਅਸਲ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਸੇ ਅੱਗੇ ਮੱਥਾ ਨਹੀਂ ਟੇਕਿਆ, ਸਾਰੀ ਉਮਰ ਮੱਥਾ ਟੇਕਿਆ ਅਤੇ ਆਪਣੇ ਆਪ ਦੇ ਅੱਗੇ ਟੇਕਿਆ ਸਿਰਫ। ਆਪਸ ਕੋ ਆਪ ਹੈ ਆਦੇਸ਼, ਅਤੇ ਉਹ ਗੁਣ ਕਾ ਨਾ ਹੀ ਪਰਵੇਸ਼। ਉਦੋਂ ਮੱਥਾ ਟੇਕਿਆ ਜਦੋਂ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਹੀ ਬਣ ਗਏ। ਗੁਰੂ ਨਾਨਕ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ, ਹੋਰ ਕਿਸੇ ਨੂੰ ਨਹੀਂ ਟੇਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਨੂੰ ਹੀ ਮੱਥਾ ਟੇਕਿਆ, ਜਦੋਂ ਪੰਜ ਪਿਆਰਿਆਂ ਦੇ ਅੱਗੇ ਕਹਿੰਦੇ ਅੰਮ੍ਰਿਤ ਦਿਓ, ਉਹ ਪੂਰਾ ਕਰਕੇ ਬਾਅਦ ਵਿੱਚ ਝੁਕੇ ਨੇ। ਵੈਸੇ ਤਾਂ ਝੁਕਣ ਦਾ ਸਵਾਲ ਹੀ ਨਹੀਂ ਗੁਰੂ ਦਾ ਕਿਸੇ ਦੇ ਅੱਗੇ, ਹੋਰ ਕਿਸੇ ਝੁਕੇ ਨਹੀਂ। ਤਾਂ ਉੱਥੋਂ ਤੱਕ ਸ਼ਰਧਾ ਸੀ, ਜਦੋਂ ਸੌਂਪ ਦਿੱਤਾ ਤਾਂ ਫਿਰ ਗਿਆਨ ਪੈਦਾ ਹੋਇਆ। ਮੈਂ ਬੇਨਤੀ ਕਰਾਂ, ਗਿਆਨ ਵੀ ਹੈ, ਇੱਕ ਪੱਖ ਹੈ, ਉਹਨੂੰ ਆਪਾਂ ਜ਼ਰੂਰ ਮੰਨੀਏ। ਭਾਵਨਾ ਵੀ ਹੈ, ਫਿਰ ਗਿਆਨ ਪੈਦਾ ਹੋਇਆ, ਅਤੇ ਗਿਆਨ ਐਸਾ ਪੈਦਾ ਹੋਇਆ ਕਿ ਉਹਨਾਂ ਨੇ ਸ਼ਬਦ ਨਹੀਂ ਉਚਾਰੇ, ਗੁਰੂ ਅੰਗਦ ਦੇਵ ਜੀ ਨੇ ਸਾਰੇ ਸਲੋਕ ਉਚਾਰੇ ਨੇ, 63 ਦੇ 63 ਸਲੋਕ ਨੇ। ਔਰ ਜਿਹੜੇ ਸਲੋਕ ਨੇ ਉਹਨਾਂ ਦੇ ਵਿੱਚ ਸਾਰੀ ਦੀ ਸਾਰੀ ਸਿੱਖੀ ਦੀ ਜਿਹੜੀ ਦੋ ਚੀਜ਼ਾਂ ਦਾ ਘੋਲ ਕੀਤਾ ਗਿਆ, ਵਿੱਚ ਮਿਲਾਇਆ ਗਿਆ, ਮਿਕਸ ਕੀਤਾ ਗਿਆ, ਇੱਕ ਬੁੱਧੀ ਤੋਂ ਥੱਲੇ ਦੀ ਗੱਲ, ਯਾਨੀ ਕਿ ਬੁੱਧੀ ਨਾਲ ਜਿਵੇਂ ਸੋਚ ਕੇ ਕੰਮ ਕਰਨਾ, ਇੱਕ ਬੁੱਧੀ ਤੋਂ ਪਾਰ ਦੀ ਗੱਲ, ਇੱਕ ਸਿਰ ਦੇਣ ਦੀ ਗੱਲ। ਉਹ ਤਾਂ ਸ਼ੁਰੂ ਵਿੱਚ ਕਹਿੰਦੇ ਵੀ ਪਹਿਲਾਂ ਸ਼ਰਧਾ ਚਾਹੀਦੀ, ਗਿਆਨ ਬਾਅਦ ਵਿੱਚ ਉੱਗਣਾ ਚਾਹੀਦਾ। ਸਲੋਕ ਪੜ੍ਹ ਕੇ ਵੇਖੋ, ਪਿੱਛੇ ਗੁਰੂ ਸਾਹਿਬ ਨੇ ਵਿਆਖਿਆ ਕਰਾਈ 63 ਸਲੋਕਾਂ ਦੀ, ਉਹਦੇ ਵਿੱਚ ਪਹਿਲਾ ਸਲੋਕ ਹੀ ਇੱਥੋਂ ਸ਼ੁਰੂ ਹੁੰਦਾ, ਜਿਸ ਪਿਆਰੇ ਸਿਉਨੇ ਹੋ ਅਤੇ ਸਾਕੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਇਹ ਸਲੋਕ ਭਾਵੇਂ ਗੁਰੂ ਨਾਨਕ ਸਾਹਿਬ ਜੀ ਨੇ ਵਿਰਾਗ ਵਿੱਚ ਉਚਾਰਿਆ ਸੀ, ਗੁਰੂ ਨਾਨਕ ਸਾਹਿਬ ਜੀ ਦੇ ਜਾਣ ਤੋਂ ਬਾਅਦ। ਬਾਹਰੀ ਤੌਰ 'ਤੇ ਇਹਦੇ ਅਰਥ ਇਹ ਬਣਦੇ ਨੇ ਵੀ ਗੁਰੂ ਦੇ ਨਾਲ ਜਾਣ ਨੂੰ ਚਿੱਤ ਕਰਦਾ। ਆਪ ਕਈ ਮਹੀਨਿਆਂ ਤੱਕ ਵਿਰਾਗੀ ਵੀ ਰਹੇ, ਕਮਰੇ 'ਚੋਂ ਬਾਹਰ ਨਹੀਂ ਨਿਕਲੇ। ਪਰ ਇਹਦਾ ਸਲੋਕ ਦਾ ਅਰਥ ਹੈ ਵੀ ਜੇ ਸਿੱਖੀ ਦੀ ਸ਼ੁਰੂਆਤ ਕਰਨੀ ਹੈ, ਆਰੰਭਤਾ ਇੱਥੋਂ ਸ਼ੁਰੂ ਹੁੰਦੀ, ਆਰੰਭਤਾ ਸ਼ੁਰੂ ਹੁੰਦੀ ਕਿ ਜਿਸ ਪਿਆਰੇ ਸਿਉਨੇ ਹੋ, ਜੇ ਗੁਰੂ ਦੇ ਨਾਲ ਪਿਆਰ ਹੈ, ਉਹਦੇ ਅੱਗੇ ਆਪਣਾ ਮਨ ਮਾਰ ਦੇ, ਉਹਦੇ ਅੱਗੇ ਮਰਜ਼ੀ ਛੱਡ ਦੇ, ਗੁਰੂ ਦਾ ਹੁਕਮ ਮੰਨਣਾ ਸ਼ੁਰੂ ਕਰ ਦੇ, ਉਹਦੇ ਅੱਗੇ ਤਰਕ ਨਾ ਕਰੀ, ਸਵਾਲ ਨਾ ਖੜਾ ਕਰੀ, ਪਹਿਲਾਂ ਸ਼ਰਧਾ ਬਾਅਦ ਵਿੱਚ ਗਿਆਨ। ਅੱਜ ਇਹ ਹੀ ਫਰਕ ਪੈ ਗਿਆ, ਅੱਜ ਪਹਿਲਾਂ ਅਸੀਂ ਪੜ੍ਹ ਜਾਂਦੇ ਹਾਂ ਅਤੇ ਵੈਸੇ ਤਾਂ ਸ਼ਰਧਾ ਦੀ ਹੁਣ ਕਹਿੰਦੇ ਲੋੜ ਹੀ ਨਹੀਂ ਰਹੀ, ਸੇਵਾ ਦੀ ਲੋੜ ਹੀ ਨਹੀਂ। ਇਹ ਵੀ ਸੇਵਾ ਹੀ, ਘਰ ਦਾ ਕੰਮ ਕਰੋ ਕਹਿੰਦੇ, ਘਰ ਦੇ ਭਾਂਡੇ ਮਾਂਜੋ, ਸਹੀ ਰੱਖੋ, ਆਪਣੇ ਕੱਪੜੇ ਪ੍ਰੈਸ ਕਰੋ ਕਹਿੰਦੇ, ਆਹ ਹੀ ਸੇਵਾ ਹੈ। ਪਹਿਲਾਂ ਸਾਧ ਸੰਗਤ ਜੀ, ਪਹਿਲਾਂ ਸੇਵਾ, ਸਿਮਰਨ, ਭਾਵਨਾ, ਸ਼ਰਧਾ, ਅਤੇ ਉਹਦੇ ਵਿੱਚੋਂ ਫਿਰ ਗਿਆਨ ਪੈਦਾ ਹੁੰਦਾ। ਫਿਰ ਗੁਰੂ ਅੰਗਦ ਦੇਵ ਜੀ ਨੇ ਅਗਲੇ ਸਲੋਕ ਜਿਹੜੇ ਨੇ ਉਹਨਾਂ ਵਿੱਚ ਗਿਆਨ ਦੀ ਹੱਦ ਕਰ ਦਿੱਤੀ, ਹੱਦ ਬਿਲਕੁਲ। ਤੁਸੀਂ ਪੜ੍ਹ ਕੇ ਵੇਖੋ, ਜਦੋਂ ਵਿਆਖਿਆ ਦੀ ਸ਼ੁਰੂ ਕੀਤੀ ਸੀ ਉਦੋਂ ਅਸੀਂ ਸੋਚਿਆ ਸੀ ਵੀ 63 ਸਲੋਕ ਨੇ, ਜ਼ਿਆਦਾ ਤੋਂ ਜ਼ਿਆਦਾ 20 ਘੰਟੇ ਲੱਗ ਜਾਣਗੇ, ਪਰ ਜਦੋਂ ਉਹਨਾਂ ਦੇ ਵਿੱਚ ਗਏ ਮੇਰੇ ਖਿਆਲ ਵਿੱਚ 80 ਘੰਟੇ ਲੱਗੇ ਉਹਨਾਂ 'ਤੇ ਕਥਾ ਕਰਨ ਦੇ, ਕਿਉਂਕਿ ਇੰਨੀਆਂ ਗਹਿਰਾਈਆਂ ਨੇ, ਇੰਨੀ ਫਿਲਾਸਫੀ ਉਹਦੇ ਵਿੱਚ ਬੰਦ ਕਰ ਦਿੱਤੀ। ਉੱਥੋਂ ਪਤਾ ਲੱਗਦਾ ਵੀ ਉਸ ਸੇਵਾ ਦੇ ਵਿੱਚੋਂ ਕਿੰਨਾ ਵੱਡਾ ਗਿਆਨ ਪੈਦਾ ਹੋਇਆ ਸੀ, ਕਿੰਨੇ ਕਿੰਨੇ ਮਹਿੰਗੇ ਸਲੋਕ ਨੇ ਉਹਨਾਂ ਦੇ ਵਿੱਚ, ਜਿੱਥੇ ਸੱਤੀ ਪਹਿਰੀ ਸੱਤ ਭਲਾ ਬਈਏ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਆ ਕੂੜਾ ਘੱਟਾ ਰਾਸ, ਉੱਥੇ ਸਾਰਾ 24 ਘੰਟੇ ਕਿਵੇਂ ਦਾ ਹੋਣਾ ਚਾਹੀਦਾ ਸਿੱਖ ਦਾ, ਉਹ ਸਾਰਾ ਕੁਝ ਉਹਦੇ ਵਿੱਚ ਦੱਸਿਆ, ਇੱਕੋ ਸਲੋਕ ਵਿੱਚ ਦੱਸ ਦਿੱਤਾ, ਚਾਕਰ ਦੀ ਵਿਆਖਿਆ ਕਰ ਦਿੱਤੀ। ਉਸ ਥਾਂ 'ਤੇ ਫਿਰ ਹੋਰ ਕਈ ਚੀਜ਼ਾਂ ਗੁਰੂ ਸਾਹਿਬ ਨੇ ਕਹੀਆਂ ਵੀ ਪਰਮਾਤਮਾ ਦੇ ਦਰ 'ਤੇ ਕਿਹੜੇ ਅੰਗ ਨੇ, ਕਿਹੜਾ ਸਰੀਰ ਹੈ ਪਰਮੇਸ਼ਰ ਦੇ ਦਰ 'ਤੇ ਜਿਹੜਾ ਤੁਰ ਕੇ ਜਾਂਦਾ, ਉਸ ਸਰੀਰ ਦਾ ਨਾਂ ਲਿਆ, ਉਹਦੇ ਅੰਗਾਂ ਦਾ ਨਾਂ ਲਿਆ ਕਿ ਇੱਕ ਜੇ ਹੱਥ ਹੀ ਨਹੀਂ, ਪੈਰ ਹੀ ਨਹੀਂ, ਤਾਂ ਕਿਵੇਂ ਪਹੁੰਚੇਗਾ ਉਹ, ਹੱਥ ਪੈਰ ਕਿਹੜੇ ਨੇ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਐ ਇਵ ਕੰਤ ਮਿਲਾਵਾ ਹੋਏ। ਮੇਰੇ ਕਹਿਣ ਤੋਂ ਭਾਵ ਇਹ ਸਨਮੁੱਖ ਸਿੱਖ ਬਣ ਕੇ ਵਿਖਾਇਆ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਨੇ। ਔਰ ਉਸੇ ਨੂੰ ਅੱਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਜੇ ਸ਼ਬਦ ਆਇਆ, ਪਹਿਲਾਂ ਇਸ ਪੌੜੀ ਨੂੰ ਵਿਚਾਰੀਏ,
ਜੇ ਕਿਸੇ ਨੇ ਸਿੱਖ ਬਣਨਾ ਉਹਦੇ ਵਾਸਤੇ ਆ ਸ਼ਰਤਾਂ ਨੇ, ਇਹਨਾਂ ਨੂੰ ਉਹ ਪਾਰ ਕਰੇ, ਇਹਨਾਂ 'ਤੇ ਵਰਕ ਕਰੇ, ਪੂਰਾ ਧਿਆਨ ਲਾ ਕੇ ਕੰਮ ਕਰੇਗਾ, ਥੋੜ੍ਹਾ ਥੋੜ੍ਹਾ ਕਰਕੇ ਹੋ ਸਕਦਾ, ਸਹਿਜ ਦਾ ਮਾਰਗ ਹੈ, ਇੱਕਦਮ ਨਹੀਂ ਇਹਦੇ ਉੱਤੇ ਜਾ ਸਕਦਾ। ਜੇ ਕੋਈ ਸਿੱਖ ਤਾਂ ਬਣ ਚੁੱਕਾ ਪਰ ਹੁਣ ਸਿੱਖ ਬਣਨ ਤੋਂ ਬਾਅਦ ਦੀ ਗੱਲ ਕਰ ਰਹੇ ਨੇ, ਇਹ ਸਿੱਖ ਬਣ ਗਿਆ ਬਈ ਅੰਮ੍ਰਿਤ ਛਕ ਲਿਆ, ਸਿੱਖੀ ਦਾ ਬਾਣਾ ਪਾ ਲਿਆ, ਹੁਣ ਉਦੋਂ ਅਗਲੀ ਗੱਲ ਕਰ ਰਿਹਾ ਵੀ ਉਹਦਾ ਕੰਮ ਕੀ ਹੈ। ਜੇ ਕੋ ਸਿੱਖ ਗੁਰੂ ਸੇਤੀ, ਗੁਰੂ ਸੇਤੀ ਦਾ ਮਤਲਬ ਗੁਰੂ ਦੇ ਨਾਲ, ਗੁਰੂ ਦੇ ਨਾਲ ਮਿੱਤਰਤਾ ਕਿਵੇਂ ਪਏਗੀ, ਕਿਉਂਕਿ ਗੁਰੂ ਹੀ ਇੱਕ ਰਸਤਾ ਹੈ, ਸਿੱਖੀ ਵਿੱਚ ਹੋਰ ਕੋਈ ਪਰਮਾਤਮਾ ਨਹੀਂ, ਗੁਰੂ ਹੀ ਪਰਮਾਤਮਾ ਹੈ। ਸਿੱਖੀ ਦਾ ਜਿਹੜਾ ਪਰਮਾਤਮਾ ਹੈ, ਪਰਮੇਸ਼ਰ ਹੈ, ਉਹ ਗੁਰੂ ਹੀ ਹੈ, ਕਿਉਂਕਿ ਗਿਆਨ ਦੇ ਤਲ 'ਤੇ ਇਕੱਲਾ ਭਾਵੇਂ ਕੋਈ ਕਹੀ ਜਾਏ ਪਰਮਾਤਮਾ ਸਾਰੇ ਥਾਵਾਂ 'ਤੇ ਹੈ। ਇਹ ਵੀ ਇੱਕ ਨਾਸਤਿਕ ਬੰਦਿਆਂ ਦੀ ਕਾਢ ਹੈ ਬਈ ਰੱਬ ਸਭ ਥਾਵਾਂ 'ਤੇ, ਉਹ ਸਿਰਫ ਕਥਨ ਕਰਦੇ ਨੇ। ਇੱਕ ਹੁੰਦਾ ਵੀ ਜਿਨ੍ਹਾਂ ਨੇ ਵੇਖ ਕੇ ਕਿਹਾ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਪਰ ਉਹਦਾ ਮਿਸਯੂਜ ਵੀ ਅਸੀਂ ਕਰ ਸਕਦੇ ਹਾਂ ਵੀ ਪਰਮਾਤਮਾ ਸਾਰੇ ਥਾਵਾਂ 'ਤੇ। ਫਿਰ ਇਹਦੀ ਓਠ ਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਗੁਰੂ ਦੀ ਲੋੜ ਹੀ ਨਹੀਂ, ਪਰਮਾਤਮਾ ਸਭ ਥਾਈਂ ਹੈ। ਪਰ ਗੁਰੂ ਸਾਹਿਬ ਨੇ ਇਸ ਬੰਦੇ ਦੀ ਇਸ ਬੇਈਮਾਨੀ ਨੂੰ ਜਾਣਿਆ। ਉਹ ਕਹਿੰਦੇ ਵੀ ਤੂੰ ਕਿਸੇ ਹੋਰ ਰੱਬ ਨੂੰ ਨਾ ਵੇਖੀ, ਤੇਰਾ ਗੁਰੂ ਪਰਮਾਤਮਾ ਹੈ, ਗੁਰੂ ਦੇ ਰਾਹੀਂ ਤੈਨੂੰ ਪਰਮਾਤਮਾ ਦੇ ਸਕਦਾ। ਇਸ ਕਰਕੇ ਡਾਇਰੈਕਟ ਕਹਿ ਦਿੱਤਾ ਗੁਰੂ ਹੀ ਰੱਬ ਹੈ, ਕਿ ਗੁਰੂ ਤੋਂ ਬਿਨਾਂ ਤੂੰ ਜਾ ਹੀ ਨਹੀਂ ਸਕਦਾ। ਤਾਂ ਇੱਥੇ ਕਹਿ ਰਹੇ ਨੇ ਗੁਰੂ ਸੇਤੀ, ਗੁਰੂ ਤੋਂ ਬਿਨਾਂ ਨਹੀਂ। ਗੁਰੂ ਅਮਰਦਾਸ ਜੀ ਆਪ 60 ਸਾਲ ਤੱਕ ਗੁਰੂ ਤੋਂ ਬਿਨਾਂ ਰਹੇ, ਪਰ ਉਹਨਾਂ ਦੇ ਅੰਦਰ ਨੂੰ ਰਸਤਾ ਨਹੀਂ ਮਿਲਿਆ। ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਅਤੇ ਫਿਰ ਸੇਵਾ ਕੀਤੀ 12 ਸਾਲ ਤੱਕ ਲਗਾਤਾਰ, ਫਿਰ ਉਹਨਾਂ ਨੂੰ ਪਰਮਾਤਮਾ ਦੇ ਰਸਤੇ ਦੀ ਸੋਝੀ ਹੋਈ। ਤਾਂ ਇੱਥੇ ਕਹਿ ਰਹੇ ਨੇ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ, ਸਨਮੁੱਖ ਯਾਨੀ ਕਿ ਮੂੰਹ ਸਾਹਮਣੇ ਕਰਨਾ, ਇਹ ਸਨਮੁੱਖ ਹੋਣਾ ਬਹੁਤ ਔਖਾ, ਗੁਰੂ ਦੇ ਸਾਹਮਣੇ ਹੋ ਜਾਣਾ ਕੋਈ ਸੌਖੀ ਗੱਲ ਨਹੀਂ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਸਾਹਮਣੇ ਵੇਖਣਾ। ਹੁਣ ਤਾਂ ਚਲੋ ਇਹ ਰਿਹਾ ਨਹੀਂ, ਪੁਰਾਣੇ ਸਮੇਂ ਦੇ ਵਿੱਚ ਅੰਮ੍ਰਿਤ ਛਕਾਉਣ ਦਾ ਉਹਨੂੰ ਸਹੀ ਸਮਝਦੇ ਸਨ ਵੀ ਇਹਨੇ ਅੰਮ੍ਰਿਤ ਛਕਿਆ। ਜਿਹੜਾ ਬੰਦਾ 5 ਪਿਆਰਿਆਂ ਦੀ ਅੱਖ ਵਿੱਚ ਅੱਖ ਪਾ ਕੇ ਸਿੱਧਾ ਵੇਖਦਾ ਸੀ, ਅੱਖ ਚਮਕਦਾ ਨਹੀਂ ਸੀ, ਉਹ ਬੰਦਾ ਅੰਮ੍ਰਿਤ ਸੋਚਦੇ ਵੀ ਇਹਨੂੰ ਪਾਣ ਚੜ੍ਹੀ ਹੈ। ਜੇ ਅੱਖ ਹਿੱਲ ਗਈ, ਅੱਖ ਪਾਸੇ ਕਰ ਦਿੱਤੀ, ਸਮਝੋ ਕਮਜ਼ੋਰ ਹੈ, ਅੰਮ੍ਰਿਤ ਅੰਦਰ ਨਹੀਂ ਗਿਆ। ਇੱਥੋਂ ਪਤਾ ਲੱਗ ਜਾਏਗਾ ਵੀ ਕਿੰਨਾ ਕੁ ਤਿਆਰ ਹੈ, ਅੱਖ ਸਾਹਮਣੇ ਕਰਦਾ ਕਿ ਨਹੀਂ। ਕਿਉਂਕਿ ਜਦੋਂ ਕੋਈ ਸਾਨੂੰ ਕੋਈ ਗੱਲ ਕਹਿੰਦਾ ਵੀ ਤੂੰ ਆਹ ਕੰਮ ਕਰੇਗਾ, ਉੱਥੇ ਬੰਦੇ ਦੀਆਂ ਅੱਖਾਂ ਜੇ ਤਾਂ ਬਿਲਕੁਲ ਸਾਹਮਣੇ ਨੇ ਖੜੀਆਂ, ਫਿਰ ਤਾਂ ਉਹ 100% ਮੰਨ ਰਿਹਾ ਮੈਂ ਕਰ ਸਕਣਾ। ਅਤੇ ਜੇ ਉਹ ਨਾਲੇ ਵੇਖ ਰਿਹਾ, ਨਾਲੇ ਕਹਿੰਦੇ ਕਰਾਂਗਾ, ਨਾਲੇ ਕਦੀ ਥੱਲੇ ਵੇਖ ਲੈਂਦਾ, ਬਸ ਉਹਦਾ ਕੰਮ ਹਿੱਲ ਗਿਆ, ਉਹਦੀ ਅੱਖ ਹਿੱਲ ਗਈ। ਗੁਰੂ ਦੇ ਸਾਹਮਣੇ ਵੇਖਣਾ, ਗੁਰੂ ਦੀ ਅੱਖ ਨਾਲ ਅੱਖ ਮਿਲਾ ਕੇ ਵੇਖਣੀ, ਕਿਉਂਕਿ ਉਸ ਦ੍ਰਿਸ਼ਟੀ ਦੇ ਰਾਹੀਂ ਨਦਰੀ ਨਦਰ ਨਿਹਾਲ ਗੁਰੂ ਨੇ ਕਿਵੇਂ ਕਰਨਾ ਹੈ, ਅੱਖਾਂ ਦੇ ਵਿੱਚ ਅੱਖਾਂ ਪਾ ਕੇ ਆਪਣਾ ਆਪ ਪਾਉਣਾ, ਗੁਰੂ ਨੇ ਬਖਸ਼ਿਸ਼ ਕਰਨੀ, ਤਾਂ ਉਹਦੇ ਸਾਹਮਣੇ ਅੱਖ ਕਰਨ ਦੀ ਤਿਆਰੀ ਬਹੁਤ ਚਿਰ ਲੱਗਦੀ। ਤਾਂ ਸਨਮੁੱਖ ਦਾ ਮਤਲਬ ਇਹ ਗੁਰੂ ਦੇ ਹੁਕਮ ਦੇ ਸਾਹਮਣੇ ਹੋਣਾ, ਗੁਰੂ ਦੇ ਹੁਕਮ ਤੋਂ ਮੂੰਹ ਨਹੀਂ ਮੋੜਨਾ, ਜੋ ਸਤਿਗੁਰੂ ਨੇ ਕਿਹਾ ਉਹਦੇ ਉੱਤੇ ਚੱਲਣ ਵਾਸਤੇ ਤਿਆਰ ਹੋ ਜਾਣਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ, ਉਸ ਗੁਰਸਿੱਖ ਦੀਆਂ ਨਿਸ਼ਾਨੀਆਂ ਇੱਕ ਵਾਰੀ ਪੜ੍ਹੀਏ ਸਾਰੇ ਪਿਆਰ ਸਹਿਤ ਕਿਰਪਾ ਕਰਨੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਜੋ ਗੁਰ ਕਹੈ ਸੋਈ ਪਲ ਮਾਨੋ, ਜੋ ਗੁਰ ਕਹੈ ਸੋਈ ਪਲ ਮਾਨੋ, ਜੋ ਗੁਰ ਕਹੈ ਸੋਈ ਪਲ ਮਾਨੋ,
ਜੋ ਗੁਰ ਕਹੈ ਸੋਈ ਪਲ ਮਾਨੋ, ਜੋ ਗੁਰ ਕਹੈ ਸੋਈ ਪਲ ਮਾਨੋ, ਜੋ ਗੁਰ ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰ ਨਾਲੇ, ਅੰਦਰੋਂ ਮਨੋ ਜੀਓ ਦਾ ਮਤਲਬ ਡੂੰਘੇ ਮਨ ਨਾਲ, ਪੂਰੇ ਮਨ ਨਾਲ ਗੁਰੂ ਦੇ ਨਾਲ ਰਵੇ, ਗੁਰਬਾਣੀ ਨੂੰ ਆਪਣੇ ਨਾਲ ਰੱਖੇ, ਗੁਰਬਾਣੀ ਦੇ ਆਪ ਨਾਲ ਰਵੇ। ਇਹ ਬਹੁਤ ਔਖਾ ਹੈ ਲਗਾਤਾਰ ਨਾਲ ਰਹਿਣਾ, ਕਿਉਂਕਿ ਗੁਰੂ ਕੀ ਬਾਣੀ ਸੱਚ ਸਰੂਪ ਹੈ, ਉਹਦੇ ਨਾਲ ਰਹਿਣਾ, ਗੁਰੂ ਕੀ ਬਾਣੀ ਦਾ ਸੰਗ ਕਰਨਾ, ਉਹ ਸਿੱਖ ਸਨਮੁਖ ਹੈ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮਾ ਸੰਭਾਲੇ। ਇੱਥੇ ਸਾਡੇ ਸਰੀਰ ਦੀਆਂ ਅਗਲੀਆਂ ਦੋ ਥਾਵਾਂ ਦਾ ਨਾਂ ਲਿਆ ਹੈ, ਗੁਰੂ ਦੇ ਚਰਨ ਰਸਨਾ 'ਤੇ ਆਪਣਾ ਸਰੀਰ 'ਤੇ ਵੀ ਆਪਾਂ ਸਿੱਖੀ ਕਮਾਉਂਦੇ ਹਾਂ, ਮਨ ਵਿੱਚ ਵੀ ਕਮਾਉਂਦੇ ਹਾਂ, ਪਰ ਇੱਥੇ ਅਗਲੀਆਂ ਨੇ ਦੋ ਚੀਜ਼ਾਂ, ਸਰੀਰ ਅਤੇ ਮਨ ਤੋਂ ਵੀ ਅੱਗੇ। ਇੱਕ ਕਿਹਾ ਹਿਰਦੈ ਧਿਆਏ, ਅਤੇ ਉਸ ਤੋਂ ਅੱਗੇ ਕਿਹਾ ਆਤਮਾ ਸੰਭਾਲੇ। ਇਹ ਦੋ ਅਵਸਥਾ ਅਗਲੀਆਂ ਨੇ। ਮਨ ਵਿੱਚ ਬਹੁਤ ਜਲਦੀ ਸਿੱਖੀ ਆ ਜਾਂਦੀ ਹੈ, ਸਰੀਰ 'ਤੇ ਵੀ ਬਹੁਤ ਜਲਦੀ ਆ ਜਾਂਦੀ ਹੈ, ਹਿਰਦੇ ਵਿੱਚ ਲਿਜਾਉਣੀ ਔਖੀ ਹੈ। ਹਿਰਦੇ ਦਾ ਮਤਲਬ ਹੈ ਜਿਹੜੀ ਚੀਜ਼ ਨੂੰ ਅਸੀਂ ਡੂੰਘੇ ਥਾਂ 'ਤੇ ਰੱਖਦੇ ਹਾਂ। ਮਨ ਦਾ ਮਤਲਬ ਹੈ ਜਦੋਂ ਅਸੀਂ ਸਿਰਫ ਪੜ੍ਹਨੇ ਹਾਂ, ਸਮਝਦੇ ਹਾਂ ਅਤੇ ਸੋਚਦੇ ਹਾਂ, ਉਹਨੂੰ ਕਹਿੰਦੇ ਹਾਂ ਵੀ ਮਨ ਤੱਕ ਸਿੱਖੀ ਇਹਦੇ ਚਲੀ ਗਈ। ਗੁਰਬਾਣੀ ਪੜ੍ਹ ਲਈ, ਗੁਰਬਾਣੀ ਦੇ ਅਰਥ ਸੁਣ ਲਏ, ਪੜ੍ਹ ਲਏ, ਚੀਜ਼ ਨੂੰ ਸਮਝ ਲਿਆ, ਇਹ ਦੂਜੀ ਕਲਾਸ ਹੈ। ਪਹਿਲੀ ਕਲਾਸ ਸਰੀਰ ਹੈ, ਦੂਜੀ ਕਲਾਸ ਮਨ ਹੈ, ਅਤੇ ਤੀਜੀ ਕਲਾਸ ਹੈ ਹਿਰਦਾ। ਹਿਰਦੇ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਹਿਰਦੇ ਵਿੱਚ ਸਿੱਖੀ ਵਸੀ, ਇਹਦਾ ਕੀ ਨਿਸ਼ਾਨੀ ਹੈ, ਉਹਨੂੰ ਯਾਦ ਨਹੀਂ ਕਰਨਾ ਪਏਗਾ, ਉਹਨੂੰ ਕਮਾਉਣ ਲਈ ਜ਼ੋਰ ਨਹੀਂ ਲਾਉਣਾ ਪਏਗਾ, ਉਹ ਆਪਣੇ ਆਪ ਅੰਦਰ ਉਹਦਾ ਇੱਕ ਭਾਵ ਬਣਿਆ ਰਹੇਗਾ। ਉਹਨੂੰ ਕਹਿੰਦੇ ਗੁਰ ਕੇ ਚਰਨ ਹਿਰਦੈ ਧਿਆਏ। ਹਿਰਦੇ ਦੇ ਅੰਦਰ ਗੁਰੂ ਕੇ ਉਪਦੇਸ਼ ਦਾ ਧਿਆਨ ਕਰੇ, ਗੁਰੂ ਕੇ ਸ਼ਬਦ ਦਾ ਧਿਆਨ ਕਰੇ। ਅਤੇ ਚੌਥੀ ਅਵਸਥਾ ਹੈ ਆਤਮਾ, ਉਹਦੇ ਵਿੱਚ ਕਹਿੰਦੇ ਅੰਤਰ ਆਤਮਾ ਸੰਭਾਲੇ। ਬਿਲਕੁਲ ਸਾਡੇ ਜੀਵਨ ਦੀ ਜਿਹੜੀ ਜੜ ਹੈ ਉਹਨੂੰ ਆਤਮਾ ਕਿਹਾ ਹੈ, ਯਾਨੀ ਕਿ ਆਤਮ ਤਲ 'ਤੇ ਜਦੋਂ ਗੁਰੂ ਕਾ ਸ਼ਬਦ ਚਲਾ ਜਾਂਦਾ, ਉੱਥੇ ਜਾ ਕੇ ਕਮਾਈ ਕਰੇ, ਉਸ ਥਾਂ 'ਤੇ ਉਹਨੂੰ ਕਮਾਏ। ਹੁਣ ਸਾਡੀ ਆਤਮਾ ਵਿੱਚ ਕੀ ਰਹਿੰਦਾ, ਸਾਡੇ ਹਿਰਦੇ ਦੇ ਵਿੱਚ ਸਾਡਾ ਸੰਸਾਰ ਰਹਿੰਦਾ। ਗੁਰਬਾਣੀ ਮਨ ਅਤੇ ਸਰੀਰ ਤੱਕ ਰਹਿੰਦੀ ਹੈ, ਜਿਹੜੇ ਡੂੰਘੇ ਤਹਿਖਾਨੇ ਨੇ ਪਿੱਛੇ, ਜਿਹਨੂੰ ਅਚੇਤ ਮਨ ਕਿਹਾ ਹੈ, ਉਹਦੇ ਵਿੱਚ ਸੰਸਾਰ ਰਹਿੰਦਾ, ਸੰਸਾਰ ਵਸਿਆ ਹੁੰਦਾ। ਇਸ ਕਰਕੇ ਉਹਨੂੰ ਯਾਦ ਨਹੀਂ ਕਰਨਾ ਪੈਂਦਾ, ਆਪਣੇ ਘਰ ਨੂੰ ਕਦੀ ਕੋਈ ਘਰ ਨਹੀਂ ਕਹਿੰਦਾ ਵੀ ਮੈਨੂੰ ਕਿਤੇ ਚੇਤਾ ਨਾ ਭੁੱਲ ਜਾਏ, ਉਹ ਚੇਤਾ ਨਹੀਂ ਭੁੱਲਦਾ ਹਿਰਦੇ ਵਿੱਚ ਵਸਿਆ, ਮੇਰਾ ਘਰ ਕਿੱਥੇ ਹੈ, ਕਿੰਨੇ ਗਜਦਾ, ਮੇਰੇ ਕੱਪੜੇ ਕਿੱਥੇ ਪਏ ਨੇ, ਸਭ ਕੁਝ ਯਾਦ ਹੈ, ਉਹਨੂੰ ਜਪਣਾ ਨਹੀਂ ਪਏਗਾ। ਅਤੇ ਆਤਮਾ ਦੇ ਡੂੰਘੇ ਤਲ 'ਤੇ ਸਾਡੀਆਂ ਜਿਹੜੀਆਂ ਆਦਤਾਂ ਪੱਕੀਆਂ ਹੋ ਜਾਂਦੀਆਂ ਉਹ ਵਸਦੀਆਂ। ਮਹਾਰਾਜ ਕਹਿੰਦੇ ਜਦੋਂ ਉੱਥੇ ਉਪਦੇਸ਼ ਚਲਾ ਜਾਂਦਾ ਨਾ ਗੁਰੂ ਦਾ, ਉਹ ਅੰਤਰ ਆਤਮਾ ਸੰਭਾਲੇ। ਇੱਕ ਨਿਸ਼ਾਨੀ ਹੋਰ ਮਹਾਰਾਜ ਨੇ ਦੱਸੀ, ਆਪ ਛੱਡ ਸਦਾ ਰਹੇ ਪਰਣੈ। ਪਰਣੈ ਸ਼ਬਦ ਦਾ ਮਤਲਬ ਹੈ ਆਸਰਾ, ਉਹ ਆਪਣੇ ਜੀਵਨ ਦੀ ਚਿੰਤਾ ਛੱਡਦਾ। ਇਹ ਵੀ ਇੱਕ ਸਨਮੁਖ ਸਿੱਖ ਦੀ ਨਿਸ਼ਾਨੀ ਹੈ, ਮਰਨ ਜਿਉਣ ਦੀ, ਘਾਟੇ ਵਾਧੇ ਦੀ, ਲਾਭ ਹਾਨੀ ਦੀ ਉਹਨੂੰ ਕੋਈ ਫਿਕਰ ਨਹੀਂ ਰਹਿੰਦਾ। ਜੇ ਅਜੇ ਫਿਕਰ, ਇਹਦਾ ਮਤਲਬ ਅਜੇ ਗੁਰੂ 'ਤੇ ਭਰੋਸਾ ਨਹੀਂ ਆਇਆ, ਉਹ ਚਿੰਤਾ ਨਹੀਂ ਕਰਦਾ, ਗੁਰੂ ਦੇ ਪਰਨੇ ਰਹਿੰਦਾ, ਗੁਰੂ ਦੇ ਸਹਾਰੇ 'ਤੇ ਉਹਦੇ ਆਪਣੇ ਆਪ ਨੂੰ ਉਹਦੇ ਚਰਨਾਂ ਵਿੱਚ ਛੱਡ ਦਿੰਦਾ। ਤੂੰ ਜਿੱਥੇ ਰੱਖਣਾ ਉੱਥੇ ਰੱਖ, ਆਪ ਛੱਡ ਸਦਾ ਰਹੇ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਏ। ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਸਮਝਦਾ ਨਹੀਂ, ਕਿਸੇ ਨੂੰ ਜਾਣਦਾ ਨਹੀਂ, ਭਾਵ ਕਿਸੇ ਦਾ ਆਸਰਾ ਨਹੀਂ ਲੈਂਦਾ, ਸਿਰਫ ਆਪਣੇ ਗੁਰੂ ਨੂੰ ਤਾਕਤਵਰ ਸਮਝਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਹੇ ਸੰਤ ਜਨੋ, ਹੇ ਗੁਰਮੁਖ ਪਿਆਰਿਓ, ਅਸਲ ਵਿੱਚ ਉਹੀ ਸਿੱਖ ਸਨਮੁਖ ਗਿਣਿਆ ਜਾਂਦਾ ਹੈ
ਜੋ ਆ ਉੱਪਰ ਵਾਲੀਆਂ ਸਾਰੀਆਂ ਕੰਡੀਸ਼ਨਾਂ ਨੂੰ ਪਾਰ ਕਰ ਜਾਂਦਾ, ਸਾਰੀਆਂ ਸ਼ਰਤਾਂ ਨੂੰ ਪਾਰ ਕਰ ਲੈਂਦਾ, ਜਿਹਦਾ ਆਧਾਰ ਗੁਰਬਾਣੀ ਬਣ ਜਾਂਦੀ ਹੈ ਔਰ ਗੁਰੂ ਦਾ ਹੁਕਮ ਸਾਧ ਸੰਗਤ ਦੁਆਰਾ ਇਸ ਸੰਸਾਰ ਦੇ ਵਿੱਚ ਕਿਰਤ ਕਰਦਾ ਹੋਇਆ, ਕੰਮ ਕਰਦਾ ਹੋਇਆ ਵੀ ਅੰਦਰ ਗੁਰੂ ਸ਼ਬਦ ਨਾਲ ਸਾਂਝ ਪਾਈ ਪਾ ਕੇ ਰੱਖਦਾ, ਐਸਾ ਸਿੱਖ ਸਨਮੁੱਖ ਗਿਣਿਆ ਗਿਆ ਹੈ। ਆਓ ਸਮਾਪਤੀ ਤੋਂ ਪਹਿਲਾਂ ਕੁਝ ਮਿੰਟਾਂ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰੇ ਪਿਆਰ ਸਾਹਿਬ ਚੌਂਕੜਾ ਲਾ ਕੇ, ਧਿਆਨ ਲਾ ਕੇ ਔਰ ਪੂਰੀ ਆਵਾਜ਼ ਵਿੱਚ। ਸਿਮਰਨ ਦਾ ਸੰਬੰਧ ਆਪਣੀ ਆਵਾਜ਼ ਨਾਲ ਹੁੰਦਾ, ਸਿਮਰਨ ਦਾ ਸੰਬੰਧ ਇੱਕ ਦੂਜੇ ਨਾਲ ਵੇਖਣ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਵੀ ਕੌਣ ਕਿਵੇਂ ਸਿਮਰਨ ਕਰ ਰਿਹਾ। ਸਿਮਰਨ ਦਾ ਸੰਬੰਧ ਕਿਸੇ ਦੀ ਆਵਾਜ਼ ਨਾਲ ਵੀ ਨਹੀਂ ਹੁੰਦਾ, ਸਿਮਰਨ ਦਾ ਸੰਬੰਧ ਹੈ ਵੀ ਅਸੀਂ ਆਪਣੀ ਆਵਾਜ਼ ਨੂੰ ਸੁਣ ਰਹੇ ਹਾਂ ਕਿ ਨਹੀਂ, ਉੱਥੋਂ ਰਾਹ ਬਣੇਗਾ, ਹੋਰ ਕੋਈ ਰਸਤਾ ਨਹੀਂ ਹੈ। ਇਸ ਕਰਕੇ ਆਪਣੇ ਧਿਆਨ ਵਿੱਚ ਮਗਨ ਹੋ ਕੇ ਜਪਣਾ ਚਾਹੀਦਾ ਹੈ। ਵਾਹਿਗੁਰੂ 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 ਵਾਹਿਗੁਰੂ।